ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਫਿਰ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਬਹੁਤ ਕੁਝ ਨਵਾਂ ਵਾਪਰ ਗਿਆ ਕੱਲ ਸਾਡੇ ਨਾਲ ਆਈਜੀ ਸਾਹਿਬ ਜੁੜੇ ਸੀ ਬਹੁਤੀਆਂ ਗੱਲਾਂ ਨਹੀਂ ਹੋ ਸਕੀਆਂ ਗੱਲ ਬੜੀਆਂ ਮਨ ਦੁਖਾਈ ਘਟਨਾ ਵਾਪਰੀਆਂ ਜਿਹੜੀਆਂ ਪਿਛਲੇ 24 ਤੋਂ 48 ਘੰਟਿਆਂ ਦੇ ਵਿੱਚ ਵਾਪਰ ਗਈਆਂ ਨੇ ਤੇ ਦੁੱਖ ਹੁੰਦਾ ਆ ਕਹਿੰਦੇ ਕਿ ਬਦਸਲੂਕੀ ਦਾ ਮੰਜ਼ਰ ਹੈ ਸ਼ਰਮ ਸੀ ਆਤੀ ਹੈ ਆਦਮੀ ਕੋ ਇਨਸਾਨ ਕਹਿਣੇ ਮੇਂ ਬਦਸਲੂਕੀ ਦਾ ਮੰਜ਼ਰ ਹੈ ਸ਼ਰਮ ਸੀ ਆਤੀ ਹੈ ਆਦਮੀ ਕੋ ਇਨਸਾਨ ਕਹਿਣੇ ਮੇਂ ਮੈਂ ਗੱਲ ਕਰ ਰਿਹਾ ਦਰਸ਼ਕੋ ਬਠਿੰਡਾ ਦੇ ਵਿੱਚ ASI ਬਠਿੰਡਾ ਦੇ ਵਿੱਚ ਇੱਕ ASI ਜਿਹੜਾ ਕਿ ਕਿਸੇ ਵਿਧਵਾ ਔਰਤ ਦੇ ਮਗਰ ਪਿਆ ਹੋਇਆ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਕੰਪਰੋਮਾਈਜ਼ ਕਰੇ ਉਹ ਵਿਧਵਾ ਔਰਤ ਉਸਦੇ 20 ਸਾਲਾਂ ਬੇਟੇ ਨੂੰ ਧੱਕੇ ਨਾਲ ਉਠਾ ਕੇ ਉੱਤੇ ਡਰੱਗ ਦਾ ਕੇਸ ਪਾ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਉਹ ਔਰਤ ਵਿਚਾਰੀ ਪਹਿਲਾਂ 20,000 ਲਿਆ ਜਾਂਦਾ ਫਿਰ ਉਹ 1,00,000 ਰੁਪਇਆ ਕਿਸੇ ਤੋਂ ਉਧਾਰਾ ਲੈ ਕੇ ਆਉਂਦੀ ਹੈ ਅਤੇ ਉਸ ਤੋਂ ਬਾਅਦ ਵੀ ਉਹ ਕੰਪਰੋਮਾਈਜ਼ ਕਰਨ ਦੇ ਮੂਡ ਦੇ ਵਿੱਚ ਉਹਨੂੰ ਕਿਤੇ ਕੈਦ ਕਰਦਾ ਹੈ ਅਤੇ ਪਿੰਡ ਵਾਲਿਆਂ ਨੂੰ ਦੱਸ ਦਿੰਦੀ ਔਰਤ ਅਤੇ ਉਸ ਤੋਂ ਬਾਅਦ ਉਹ ਰੰਗੇ ਹੱਥੀਂ ਫੜਿਆ ਜਾਂਦਾ ਹੈ ਦੁੱਖ ਬਹੁਤ ਹੁੰਦਾ ਇਹਨਾਂ ਜਿਹੀਆਂ ਗੱਲਾਂ ਦੇ ਕਿ ਇਹੋ ਜਿਹੇ ਇਨਸਾਨ ਵੀ ਧਰਤੀ 'ਤੇ ਤੁਰੇ ਫਿਰਦੇ ਜਿਹੜੇ ਲਾਇਕ ਨਹੀਂ ਹੈ ਕਿ ਇਹੋ ਜਿਹੇ ਇਨਸਾਨ ਧਰਤੀ 'ਤੇ ਵੀ ਹੋਣ ਦਰਸ਼ਕ ਉਸ ਤੋਂ ਬਾਅਦ SSP ਬਠਿੰਡਾ ਨੂੰ ਰਿਪੋਰਟ ਕੀਤੀ ਜਾਂਦੀ ਹੈ ਸਾਰੇ ਐਵੀਡੈਂਸ ਦਿੱਤੇ ਜਾਂਦੇ ਅਤੇ ਉਹ ਬੰਦਾ ਲੇਟੈਸਟ ਨਿਊਜ਼ ਇਹ ਹੈ ਕਿ ਮੈਂ ਸੋਚਦਾ ਸੀ ਕਿਤੇ ਸਸਪੈਂਡ ਨਾ ਕਰ ਦੇਣ ਕੰਪਲੀਟ ਬਰਖਾਸਤਗੀ ਚਾਹੀਦੀ ਹੈ ਅਤੇ SSP ਬਠਿੰਡਾ ਵਿਰਕ ਸਾਹਿਬ ਜਿਹੜੇ ਨੇ ਉਹਨਾਂ ਨੂੰ ਕੰਪਲੀਟ ਬਰਖਾਸਤ ਕਰਕੇ ਸਲਾਖਾਂ ਦੇ ਪਿੱਛੇ ਧੱਕ ਦਿੱਤਾ ਜਾਂਦਾ ਹੁਣ ਦੇਖਦੇ ਹਾਂ ਕਿ ਉਹ ਕਿੱਥੇ ਤੱਕ ਗੁਲ ਖਲਾਉਂਦੇ ਆ ਮੇਰੀ ਜਿਹੜੀ ਤੁਹਾਡੇ ਸਾਰਿਆਂ ਤੋਂ ਖਾਸ ਕਰਕੇ ਨੌਜਵਾਨ ਵਰਗ ਤੋਂ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਜਿਹੜੀ ਵੀਡੀਓ ਕਮਰੀ ਉਹ ਵਾਰ ਵਾਰ ਨਾ ਘੁਮਾਓ ਕਿਉਂਕਿ ਉਸ ਬੱਚੇ ਨੇ ਵੀ ਜੇਲ੍ਹ ਤੋਂ ਬਾਹਰ ਆਉਣਾ ਕੀ ਕੇਸ ਹੈ ਕਿਸ ਨੇ ਇਹ ਤਾਂ ਇਨਵੈਸਟੀਗੇਸ਼ਨ ਤੋਂ ਬਾਅਦ ਉਹ ਇੱਕ ਔਰਤ ਹੈ ਜੋ ਕਿਹੜੀ ਕਿਸੇ ਦੀ ਭੈਣ ਹੋਊਗੀ ਕਿਸੇ ਦੀ ਮਾਂ ਵੀ ਹੈ ਅਤੇ ਕਿਸੇ ਦੀ ਬੇਟੀ ਹੈ ਵਾਰ ਵਾਰ ਉਸ ਚੀਜ਼ ਨੂੰ ਨਾ ਘੁਮਾਓ ਹੱਥ ਜੋੜ ਕੇ ਬੇਨਤੀ ਹੈ ਅਤੇ ਕਿਉਂਕਿ ਹੁਣ ਜਿਹੜਾ ਕਲਪਰਟ ਸੀ ਉਹ ਸਿੱਖਾਂ ਦੇ ਪਿੱਛੇ ਹੈ ਦੂਸਰੀ ਗੱਲ ਜਿਹੜੀ ਮੰਦਭਾਗੀ ਘਟਨਾ ਵਾਪਰੀ ਹੈ ਉਹ ਫਰੀਦਕੋਟ ਦੇ ਹੋਸਪਿਟਲ ਦੇ ਵਿੱਚ ਪ੍ਰਧਾਨ ਮੰਤਰੀ ਕੇਅਰ ਫੰਡ ਦੇ ਵਿੱਚੋਂ ਵੈਂਟੀਲੇਟਰਸ ਆਉਂਦੇ 90% ਡਿਫੈਕਟਡ ਇੰਨੀ ਮਹਾਮਾਰੀ ਦੇ ਵਿੱਚ ਹਾਹਾਕਾਰ ਹੈ ਅਸੀਂ ਪ੍ਰਧਾਨ ਮੰਤਰੀ ਸੈਂਟਰਲ ਗੌਰਮੈਂਟ ਹੁਣ ਵੱਲੋਂ ਹੈਲਪ ਵੀ ਦਿੱਤੀ ਜਾਂਦੀ ਹੈ 90% ਡਿਫੈਕਟਡ ਦਰਸ਼ਕੋ ਪੰਜਾਬ ਹੈਲਥ ਡਿਪਾਰਟਮੈਂਟ ਵੱਲੋਂ ਚਿੱਠੀ ਲਿਖੀ ਜਾਂਦੀ ਦਿੱਲੀ ਵਾਲੇ ਪੰਜਾਬ ਹੈਲਥ ਡਿਪਾਰਟਮੈਂਟ ਨੂੰ ਕਹੀ ਜਾਂਦੇ ਉਹਦੇ ਵਿੱਚ ਕਈ ਜਾਨਾਂ ਉਸ ਟਾਈਮ ਦੇ ਵਿੱਚ ਤਾਂ ਬਹੁਤ ਚਲੀਆਂ ਗਈਆਂ ਹੋਣਗੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਧਿਆਨ ਮੰਗਦੀਆਂ ਨੇ ਅੱਜ ਸਾਡੇ ਨਾਲ ਮੁਅੱਜ਼ਜ਼ ਮਹਿਮਾਨ ਜੁੜ ਗਏ ਨੇ ਜਿਹੜੇ ਇਹਨਾਂ ਸਾਰੀਆਂ ਚੀਜ਼ਾਂ 'ਤੇ ਚਾਨਣਾ ਪਾਉਣਗੇ ਮੇਰੇ ਕਹਿਣ ਤੋਂ ਪਾਵਾ ਸਾਡੇ ਮਹਿਮਾਨ ਨੇ ਇੰਡੀਆ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਹਲਕਾ ਕੋਟਕਪੁਰਾ ਤੋਂ ਸਿਟਿੰਗ MLA ਸਰਦਾਰ ਕੁਲਤਾਰ ਸਿੰਘ ਸੰਧਵਾਂ ਸਾਡੇ ਨਾਲ ਜੁੜ ਗਏ ਨੇ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ ਅਤੇ ਫਿਰ ਆਪਾਂ ਸਾਰੇ ਕੁਐਸਚਨ ਜਿਹੜੇ ਉਹਨਾਂ ਨੂੰ ਮੂਹਰੇ ਰੱਖਾਂਗੇ ਸੰਧਵਾਂ ਸਾਹਿਬ ਬਹੁਤ ਬਹੁਤ ਸਵਾਗਤ ਜੀ ਸਾਡਾ ਪ੍ਰੋਗਰਾਮ ਓਪਨ ਪਲੇਟਫਾਰਮ 'ਤੇ ਜਸ ਪੰਜਾਬੀ 'ਤੇ ਜੀ ਸੰਧਵਾਂ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਅਫਸੋਸ ਸਾਨੂੰ ਹੁਣੇ ਹੁਣੇ ਅਪਡੇਟ ਨਿਊਜ਼ ਮਿਲੀ ਹੈ ਤੁਹਾਡੇ ਹੀ ਪਾਰਟੀ ਦੇ ਸੀਨੀਅਰ ਨੇਤਾ ਸਰਦਾਰ ਜਰਨੈਲ ਸਿੰਘ ਜੀ ਕਰੋਨਾ ਮਹਾਂਮਾਰੀ ਦੀ ਵਜ੍ਹਾ ਤੋਂ ਥੋੜ੍ਹਾ ਚਿਰ ਹੋਇਆ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ ਸਾਡੇ ਵੱਲੋਂ ਅਦਾਰਾ ਜਸ ਪੰਜਾਬੀ ਵੱਲੋਂ ਬਹੁਤ ਬਹੁਤ ਜੋ ਅਫਸੋਸ ਅਤੇ ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਮੋਰੇ ਵਿਛੜੀ ਆਤਮਾ ਨੂੰ ਆਪਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਆਪਦੇ ਚਰਨਾਂ 'ਚ ਵਾਸਾ ਦੇਵੇ ਦੇਖੋ ਜੀ ਜੇ ਜ਼ਿੰਦਗੀ 'ਚ ਮੈਂ ਉਦਾਹਰਣ ਦੇਣੀ ਹੋਵੇ ਕੁਛ ਹੋਣੀ ਚਾਹੀਦੀ ਹੈ ਜੀ ਉਹਨਾਂ 'ਚੋਂ ਇੱਕ ਉਦਾਹਰਣ ਜੀ 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 ਬਹੁਤ ਅਫਸੋਸ ਹੈ ਪਰਸਨ ਲੌਸ ਵੀ ਹੈ ਤੇ ਸਿੱਖ ਪੰਥ ਇਨਸਾਨੀਅਤ ਨੂੰ ਸਿੱਖ ਪੰਥ ਦੀ ਕੁਰਬਾਨੀ ਕਰਨ ਵਾਲਾ ਇਨਸਾਨੀਅਤ ਨੂੰ ਤਿਆਗ ਕਰਨ ਵਾਲਾ ਇੱਕ ਇਨਸਾਨ ਜਿਹੜਾ ਜੀ 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 ਬਹੁਤ ਮਨ ਦੁਖਦਾਈ ਸੀ ਮੈਨੂੰ ਇਨਫੋਰਮੇਸ਼ਨ ਦੁਪਹਿਰੇ ਮਿਲੀ ਸੀਗੀ ਕਿ ਕਾਫੀ ਸੀਰੀਅਸ ਨੇ ਅਰਦਾਸ ਕਰਦੇ ਸੀ ਪਰ ਜੋ ਪਰਮਾਤਮਾ ਦਾ ਭਾਣਾ ਉਹ ਮੰਨਣਾ ਪੈਂਦਾ ਹੈ ਸੰਧਵਾਂ ਸਾਹਿਬ ਆਪਾਂ ਅੱਗੇ ਵੱਧਦੇ ਹਾਂ ਜ਼ਿੰਦਗੀ ਇੱਥੇ ਗੋਰਿਆਂ 'ਚ ਕਹਾਵਤ ਹੈ ਕਿ ਲਾਈਫ ਗੋਜ਼ ਆਨ ਆਪਾਂ ਅੱਗੇ ਵੱਧਦੇ ਹਾਂ ਸਰ ਦੋ ਚੀਜ਼ਾਂ ਬਹੁਤ ਧਿਆਨ ਮੰਗਦੀਆਂ ਆਪਾਂ
2022 ਇਲੈਕਸ਼ਨ ਤੇ ਵੀ ਆਉਣਾ, ਆਪਾਂ ਕਿਸਾਨ ਮੋਰਚੇ ਤੇ ਵੀ ਆਉਣਾ, ਹੋਰ ਬਹੁਤ ਇਸ਼ੂ ਨੇ, ਪਰ ਜਿਹੜੀਆਂ ਬਹੁਤ ਮੰਦਭਾਗੀ ਘਟਨਾਵਾਂ ਜਿਹੜੀਆਂ ਧਿਆਨ ਮੰਗਦੀਆਂ ਨੇ ਉਹ ਦੋ ਹੋਈਆਂ ਨੇ। ਪਹਿਲਾਂ ਜਿਹੜੀ ਦੁਖਦਾਈ ਘਟਨਾ ਤੁਹਾਡੇ ਥੋੜ੍ਹੀ ਦੂਰ ਬਠਿੰਡਾ ਦੇ ਵਿੱਚ ਇੱਕ ਪੁਲਿਸ ਆਫਿਸਰ ਵੱਲੋਂ ਨਿਭਾਈ ਗਈ ਭੂਮਿਕਾ, ਇੱਕ ਵਿਧਵਾ ਔਰਤ ਨੂੰ ਟੋਰਚਰ ਕਰਨਾ, ਉਸਨੂੰ ਉਹਦੇ ਬੇਟੇ ਨੂੰ ਉਠਾ ਲੈਣਾ। ਸਰ ਇਹ ਗੰਦਗੀ ਕਦੋਂ ਤੱਕ, ਤੁਸੀਂ ਸਿਟਿੰਗ MLA ਹੋ, ਕਦੋਂ ਤੱਕ ਇਹਦਾ ਇਸ ਚੀਜ਼ ਦਾ ਸਫਾਇਆ ਹੋਏਗਾ? ਦੇਖੋ ਜੀ, ਜਦੋਂ ਆਪਾਂ ਸਾਰੇ ਲੋਕ ਜਿਹੜੀ ਰਾਜਨੀਤੀ ਦੇ ਵਿੱਚ ਇੰਟਰਸਟ ਨਹੀਂ ਲੈਂਦੇ ਜੀ, ਰੱਬ ਤੋਂ ਡਰਨ ਵਾਲੇ ਇਨਸਾਫ ਪਸੰਦ ਲੋਕਾਂ ਨੂੰ ਆਪਾਂ ਜਿਹੜੀ ਪਾਵਰ ਦੀ ਪੋਜੀਸ਼ਨ ਉਹ ਨਹੀਂ ਬਿਠਾਉਂਦੇ ਜੀ, ਉਦੋਂ ਤੱਕ ਇਸ ਤਰ੍ਹਾਂ ਹੀ ਹੋਈ ਜਾਣਾ। ਇਹ ਤੇ ਸਾਹਮਣੇ ਆ ਗਿਆ ਜਦੋਂ ਆ ਤੁਹਾਡਾ 80 ਦਾ ਦਹਾਕਾ ਸੀ, 90 ਦਾ, 94-95 ਤੱਕ ਇਸ ਤਰ੍ਹਾਂ ਹੀ ਹੁੰਦਾ ਰਿਹਾ, ਕੋਈ ਨਹੀਂ ਪੁੱਛਣ ਵਾਲਾ। ਵੱਡੇ ਵੱਡੇ ਅਹੁਦਿਆਂ ਤੇ ਗਏ ਉਹਨੂੰ ਜੀ, ਤੇ ਇਹ ਮੈਂ ਤਾਂ ਮਤਲਬ ਇਸ ਗੱਲੋਂ ਮੈਨੂੰ ਤਸੱਲੀ ਹੈ ਵੀ ਉਹਨੂੰ ਸਜ਼ਾ ਮਿਲੀ, ਉਹਨੂੰ ਬਰਖਾਸਤ ਕੀਤਾ ਗਿਆ ਜੀ। ਔਰ ਇਹ ਇਹ ਇੱਕ ਤਰ੍ਹਾਂ ਦੀ ਮਤਲਬ ਡਿਫਰੈਂਸ ਹੈ, ਇਸੇ ਤਰ੍ਹਾਂ ਹੀ ਹੋ ਸਕਦਾ ਕਿਉਂਕਿ ਮਨੁੱਖ ਇਸ ਤਰ੍ਹਾਂ ਦਾ ਇੱਕ ਜਾਨਵਰ ਹੈ ਜਿਹੜਾ ਡਰ ਤੋਂ ਬਿਨਾਂ ਸਹੀ ਕੰਮ ਨਹੀਂ ਕਰਦਾ ਜੀ। ਤੋ ਇਹ ਆਪਾਂ ਨੂੰ ਲੋਕਾਂ ਨੂੰ ਵੀ ਮਤਲਬ ਥੋੜਾ ਅਵੇਅਰ ਹੋ ਕੇ ਆਪਣਾ ਸਮਾਜ ਬਣਾਉਣਾ ਪੈਣਾ, ਜਿਹਦੇ ਚ ਮਾੜਾ ਕੰਮ ਕਰਨ ਵਾਲੇ ਕਰਨ। ਅੱਜ ਕੱਲ੍ਹ ਤਾਂ ਜਿਹੜੇ ਦਸਾਂ ਦੀ ਕਿਸ ਕਰਦੇ ਉਹ ਡਰਦੇ ਆ ਜੀ, ਜਿਹੜੇ ਬਦਮਾਸ਼ ਨੇ ਉਹ ਵਟਾਉਂਦਾ ਫਿਰਦੇ ਜੀ 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 ਜੀ। ਸੋ ਸਰ ਤੁਸੀਂ MLA ਹੋ, ਪਰਮਾਤਮਾ ਤੁਹਾਨੂੰ ਅੱਗੇ ਵੀ ਕਾਮਯਾਬੀ ਬਖਸ਼ੇ, ਕੋਸ਼ਿਸ਼ ਕਰਿਓ ਸਰ, ਕੋਸ਼ਿਸ਼ ਕਰਿਓ ਇੱਦਾਂ ਦੀਆਂ ਘਟਨਾਵਾਂ ਨਾ ਵਾਪਰਨ, ਜਿਹੜਾ ਦੋਸ਼ੀ ਹੈ ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ। ਆਪਾਂ ਬੰਦੇ ਹਾਂ, ਆਪਾਂ ਐਜ਼ ਅ ਮੇਲ ਹਾਂ, ਪਰ ਜਨਮ ਆਪਾਂ ਨੂੰ ਇੱਕ ਔਰਤ ਨੇ ਦਿੱਤਾ ਹੈ, ਤਾਂ ਆਪਾਂ ਨੂੰ ਦੇਖਣਾ ਪਏਗਾ ਕਿ ਚਲੋ ਡਰੱਗਸ ਆਪਦੀ ਜਗ੍ਹਾ ਹੈ, ਕਾਲਾ ਬਜ਼ਾਰੀ, ਕਰਪਸ਼ਨ, ਪਰ ਜਦੋਂ ਇਖਲਾਕ 'ਤੇ ਗੱਲ ਆ ਜਾਂਦੀ ਹੈ ਸਰ, ਬਹੁਤ ਮਨ ਦੁਖਦਾ ਹੈ, ਔਰ ਉਹ ਵੀ ਇੱਕ ਵਰਦੀਧਾਰੀ ਬੰਦਾ। ਐਨੀਵੇ ਸਰ, ਵੀ ਵਿਲ ਲਿਵ ਵਿਦ ਇਟ ਐਂਡ ਅੱਗੇ ਚੱਲਦੇ ਹਾਂ। ਸਰ ਤੁਹਾਡਾ ਆਪਦਾ ਸ਼ਹਿਰ ਫਰੀਦਕੋਟ, ਪ੍ਰਧਾਨ ਮੰਤਰੀ ਕੇਅਰ ਫੰਡ 'ਚੋਂ ਵੈਂਟੀਲੇਟਰ ਆਉਂਦੇ 90% ਡਿਫੈਕਟਿਡ, ਸਰ ਕਿੱਦਾਂ ਦਾ ਫੀਲ ਹੋਇਆ ਤੁਹਾਨੂੰ ਉਸ ਚੀਜ਼ ਬਾਰੇ? ਦੇਖੋ ਜੀ, ਇਹ ਦਿਸ ਇਸ ਅ ਟਿਪ ਆਫ ਦਾ ਆਈਸਬਰਗ ਹੈ। ਅਸੀਂ ਪਿਛਲੇ 15 ਸਾਲਾਂ ਤੋਂ ਇਸੇ ਇਹਨਾਂ ਚੀਜ਼ਾਂ ਨੂੰ ਉਠਾਉਂਦੇ ਆ ਰਹੇ ਹਾਂ, ਅਤੇ ਮਤਲਬ 8 ਸਤੰਬਰ ਦੀ ਗੱਲ ਹੈ ਜਦੋਂ ਸਾਡੇ ਫਰੀਦਕੋਟ ਦੇ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਭਾਈ ਸੇਵਾ ਸੈਡੀ ਦੀ ਅਗਵਾਈ 'ਚ ਮੈਡੀਕਲ ਸਟੂਡੈਂਟ ਦਿੱਤੀ, ਉੱਥੇ ਕਹਿੰਦੇ ਵੀ ਕਰੋਨਾ ਦੇ ਵਿੱਚ ਜਿਹੜੀ ਵੀ ਪਰਚੇਜ ਹੋਈ ਆ ਉਹ ਸਬਸਟੈਂਡਰਡ ਹੋਈ ਆ, ਉਹਦੀ ਜਾਂਚ ਕਰਾਓ ਜੀ। ਉਹ ਕੁਛ ਨਹੀਂ ਉਹਨਾਂ ਦੇ ਹੁੰਦਾ, ਕਿਉਂਕਿ ਉੱਥੇ ਜਿਹੜੇ ਗਲਵਸ ਵੀ ਹੈ ਨਾ, ਜਿਹੜੇ ਡਾਕਟਰ ਪਾਉਂਦੇ ਨਹੀਂ ਉਹ ਤਾਂ ਫਟ ਜਾਂਦੇ ਆ, ਜਿਹੜੀ PPE ਕਿੱਟ ਹੈ ਉਹ ਫਟ ਜਾਂਦੀ ਹੈ, ਮਤਲਬ ਇਟ ਇਜ਼ ਆਲਵੇਜ਼ ਅ ਡੇਂਜਰ ਥ੍ਰੈਟ ਟੂ ਦੇਅਰ ਲਾਈਫ, ਕਿ ਮਤਲਬ ਉਹਨਾਂ ਨੂੰ ਕਰੋਨਾ ਹੋ ਜੂਗਾ ਜਿਹੜੇ ਉਹ ਸਟਾਫ ਜਿਹੜਾ ਉੱਥੇ ਕੰਮ ਕਰ ਰਿਹਾ ਜੀ। ਅੱਛਾ, ਫਿਰ ਉਸ ਤੋਂ ਬਾਅਦ ਮੈਂ ਵਿਧਾਨ ਸਭਾ ਦੇ ਵਿੱਚ ਇਹ ਗੱਲ ਕੀਤਾ ਜੀ, ਤੇ 5 ਅਪ੍ਰੈਲ ਨੂੰ ਮੰਤਰੀ ਸਾਹਿਬ ਉੱਥੇ ਜਾਂਦੇ ਆ, ਮੇਰੇ ਰੌਲਾ ਪਾਉਣ ਤੇ ਵਿਧਾਨ ਸਭਾ ਦੀ ਗੱਲ ਕਰਦੇ ਕਿ ਉੱਥੇ ਸਮਾਟ ਠੀਕ ਨਹੀਂ ਹੈ, ਤੇ ਅਸੀਂ ਮੰਤਰੀ ਸਾਹਿਬ ਜਿਹੜੀ ਮੀਟਿੰਗ ਵਿੱਚ ਮੈਂ ਤੇ ਬਤੌਰ MLA ਉੱਥੇ ਹੈਗੀ ਹਾਂ, ਕਿਤੇ ਦੋ ਜਿਹੜੇ ਫਰੀਦਕੋਟ ਤੋਂ MLA ਵੀ ਉਹ ਵੀ ਮਾਣਯੋਗ MLA ਉਹ ਵੀ ਉੱਥੇ ਸੀ, ਸਾਡੇ ਹੈਲਥ ਸੈਕਟਰੀ ਸੈਕਟਰੀ ਆ ਉੱਥੇ ਸੀ, ਬਾਬਾ ਸਦੀਪ ਵਾਈਸ ਚਾਂਸਲਰ, ਬਾਬਾ ਸਦੀਪ ਰਜਿਸਟਰਾਰ, ਬਾਬਾ ਫਰੀਦ ਯੂਨੀਵਰਸਿਟੀ ਦਾ ਸਾਰਾ ਹਮਲਾ ਪਹਿਲਾਂ DC SSP 18 ਜਥੇਬੰਦੀਆਂ ਦੇ ਗਾ, ਮੈਂ ਹਾਲ ਵੀ ਅਸੀਂ ਕਿਹਾ ਵੀ ਅਸੀਂ ਅੱਧਾ ਘੰਟਾ ਪਹਿਲਾਂ ਦੇਖ ਕੇ ਆਏ ਹਾਂ ਕੇਸ ਦੇ ਵਿੱਚੋਂ ਜਿਹੜੇ ਵੈਕਟਿਡ ਹੁੰਦੇ ਆ ਉਹ ਮੈਂਟਲ ICU ਦੇ ਵਿੱਚ ਪਏ ਆ, ਖੁੰਜੇ ਲਾਏ ਹੋਏ ਆ, ਉਹ ਕਿਉਂ ਖਰਾਬ ਕਿਉਂ ਆ ਉਹ ਉੱਥੇ ਸਾਨੂੰ ਕਿਹਾ ਗਿਆ 5 ਅਪ੍ਰੈਲ ਨੂੰ ਕਿਸੇ ਨੂੰ ਠੀਕ ਕਰ ਦਿੰਦੇ, ਉਸ ਤੋਂ ਬਾਅਦ ਫਿਰ DC ਸਾਹਿਬ ਕਮੀ ਨੂੰ ਠੀਕ ਕਰਾਓ, ਇਹ ਤੁਹਾਨੂੰ ਮਕੈਨਿਕ ਕਹਿੰਦੇ ਯਾਰ ਮਕੈਨਿਕ ਨਹੀਂ ਆਇਆ, ਮੈਂ ਨਹੀਂ ਆਇਆ ਤਾਂ ਆਪਣੇ ਲੋਕਲ ਮਕੈਨਿਕ ਠੀਕ ਕਰ ਜੀ, ਪਰ ਨਹੀਂ ਹੋਇਆ, ਤੇ ਫਿਰ ਅਖੀਰ ਤੋਂ ਇਹ ਸਾਨੂੰ ਠੀਕ ਕਰਨਾ ਪਿਆ, ਉਹਨੂੰ ਐਸਕੇਲੇਟ ਕੀਤਾ, ਮੈਂ ਤੁਹਾਡਾ ਧੰਨਵਾਦੀ ਹਾਂ। ਅੱਜ ਉਹ ਸਾਰੇ ਦੇਸ਼ ਦੇ ਵਿੱਚ ਇੱਕ ਸਕੈਂਡਲ ਨਿਕਲਿਆ ਹੈ, ਬੜਾ ਵੱਡਾ ਸਕੈਂਡਲ ਹੈ ਜੀ ਜੀ ਜੀ, 1 ਲੱਖ ਦਾ ਹੈਗਾ ਵੈਂਟੀਲੇਟਰ, ਉਹਨੂੰ 8-8.5 ਲੱਖ ਔਰ ਉਹਦੇ ਚੋਂ ਮਤਲਬ ਵੈਂਟੀਲੇਟਰ ਖਰਾਬ ਹੋਣ ਦਾ ਮਤਲਬ ਸਿੱਧਾ ਦੱਸਿਆ ਕਿਲਿੰਗ ਮਸ਼ੀਨ, ਕਿਲਿੰਗ ਮਸ਼ੀਨ।
मैं तुहानूं क्लीयर करदा कि मीडिया का कोई काम नहीं सी आ चीज़ां चक्कण दा, सानूं टीआरपी ना मिले कोई गल नहीं, पर वह चीज़ां सही होण ते किसी दीआं जानां बचण। तुसीं बहुत सही कहा कि तुसीं इह चीज़ चक्कदे रहो जी, कंटिन्यू। तो मतलब इहदे विच हुण क्वेश्चन की है, क्वेश्चन इह है कि पहली गल तां केयर फंड बटन चाहीदा सी जदों प्रधानमंत्री रिलीफ फंड हैगा जी, फिर भी कोई स्क्रूटनी नहीं है। ਇੰਨਾ ਤੁਸੀਂ ਕੰਪਨੀਜ਼ ਨੂੰ ਕੋਵਿਡ ਇੰਨੀ ਐਮਰਜੈਂਸੀ ਦੇ ਵਿੱਚ ਉਹ ਕੰਮ ਦਾ ਟਿਕਾ ਲਿਆ, ਉਹਨਾਂ ਕੋਲ ਐਕਸਪੀਰੀਅੰਸ ਵੀ ਹੈ, ਫਿਰ ਕੋਈ ਸਟੈਂਡਰਡ ਕੋਈ ਕੋਈ ਮਾਰਕ ਤੈਅ ਨਹੀਂ ਕੀਤੇ ਗਏ ਵੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਕਿ ਉਹ ਚਾਹੀਦੀ ਹੈ ਵੈਂਟੀਲੇਟਰ ਦੀ। ਵੈਂਟੀਲੇਟਰ ਆ ਜਾਂਦੇ ਆ ਉਹਨਾਂ ਕੰਪਨੀਆਂ ਨੇ ਬਣਾਏ ਵੀ ਵੈਂਟੀਲੇਟਰ, ਪਹਿਲਾਂ ਗੁਜਰਾਤ ਦੀ ਉਹਦਾ ਢਮਨ ਮੰਨ ਹੈ ਕਿਉਂਕਿ ਉਹਨੂੰ ਦਿੰਦੇ ਆ ਐਗਵਾ ਹੈਲਥ ਕੇਅਰ ਜਿਹਦਾ ਕੋਈ ਐਕਸਪੀਰੀਅੰਸ ਨਹੀਂ ਹੈ, ਉਹਨੂੰ 10,000 ਵੈਂਟੀਲੇਟਰ ਦਾ ਆਰਡਰ ਦੇ ਦਿੱਤੇ। ਚਲੋ ਉੱਥੋਂ ਆ ਗਏ, ਇੱਕ ਜੇ ਤੁਸੀਂ ਸਾਈਕਲ ਵੀ ਡਿਲੀਵਰ ਕਰਦੇ, ਸਾਈਕਲ ਵਾਲਾ ਚਲਾ ਕੇ ਦੇਖਦਾ ਜੀ, ਉਹਨਾਂ ਨੇ ਡਿਲੀਵਰ ਕਰ ਦਿੱਤਾ, ਤੁਸੀਂ ਫਾਰਮੇਸੀ ਦੇ ਚਲੋ ਜੇ ਉਹਨਾਂ ਨੇ ਭੇਜਤੇ ਸੀ। ਮੈਂ ਤਾਂ ਸ਼ੁਕਰਗੁਜ਼ਾਰ ਹਾਂ ਜਿਹੜੇ ਸਟਾਫ ਨੇ ਉਹਨੂੰ ਯੂਜ਼ ਕੀਤਾ ਜੀ, ਉਹਨਾਂ ਨੇ ਦੇਖਿਆ ਵੀ ਇਹਨਾਂ ਬੰਦੇ ਮਰਦੇ ਆ, ਉਹਨਾਂ ਨੇ ਨਾਲ ਇਹ ਫਾਲਟੀ ਨਹੀਂ। ਅੱਛਾ ਫਿਰ ਸਾਡੇ ਬਾਅਦ ਇਹਨਾਂ ਨੇ ਲੈਟਰਸ ਲਿਖੇ ਸਰਕਾਰ ਦੇ ਵੀ ਇੰਨੇ ਇੰਪੋਰਟੈਂਟ ਹੈ ਕਿ ਲਾਈਫ ਸੇਵਿੰਗ ਇਕਵਿਪਮੈਂਟ ਹੈ, ਨੌਕਰੀ ਜਿਹੜਾ ਬਚ ਸਕਦੀ ਹੈ, ਪਰ ਇੰਨੀਆਂ ਜ਼ਿਆਦਾ ਜਾ ਰਹੀ ਹੈ ਕਿਉਂ ਠੀਕ ਕਰਵਾ ਲਈਏ, ਠੀਕ ਕਰਵਾਉਣਾ ਕਿ ਹੁਣ ਠੀਕ ਪਰਸੋਂ ਹੀ ਠੀਕ ਕਰਨ ਲੱਗੇ ਜੀ, ਕੱਲ੍ਹ ਤੱਕ ਸਿਰਫ ਸਿਰ ਠੀਕ ਹੋ ਜਾਏ ਜੀ, 2,000 ਰੁਪਏ ਤੇ ਇਹ ਤਾਂ 6 ਮਹੀਨੇ ਲਾ ਦੇਣਗੇ ਠੀਕ, ਉਹਦੀ ਰਿਪਲੇਸਮੈਂਟ ਮੰਗਣੀ ਚਾਹੀਦੀ ਹੈ ਸਾਨੂੰ, ਬਿਲਕੁਲ ਜੀ ਹੋਣਾ ਚਾਹੀਦਾ। ਔਰ ਤੁਸੀਂ ਦੇਖੋ ਵੀ ਪ੍ਰਾਇਓਰਟੀ ਕੀ ਹੈ ਸਰਕਾਰ ਨੂੰ, ਪੰਜਾਬ ਸਰਕਾਰ ਦਾ ਬਜਟ 1.3% ਹੈਲਥ ਜਿਹੜਾ ਲੱਗਣਾ, ਉਹ ਤੋਂ ਇਹਨਾਂ ਨੇ ਬੰਦੇ ਕਰਦੇ ਤਾਂ ਲਾਇਆ ਹੀ ਨਹੀਂ ਜੀ 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 ਜੀ, ਬਿਲਡਿੰਗ ਬਣਾਈ ਟੈਂਪਰੇਚਰ, ਉਹ ਕਿਉਂ ਮੈਨੂੰ ਇਹ ਲੱਗਦਾ ਹੈ ਕਿਉਂ ਕਿ ਉਹ ਸਿਰਫ ਜਿਹੜਾ ਕਮਿਸ਼ਨ ਕਰਨ ਵਾਸਤੇ ਹੁੰਦੀ, ਕਿਉਂਕਿ ਸਬਸਟੈਂਡਰਡ ਬਿਲਡਿੰਗਸ ਬਣਾਉਂਦੇ ਆ ਜਿੱਥੇ ਚਾਹੀਦਾ ਸੀ, ਥੋੜੀ ਡਿਵੈਲਪਮੈਂਟ ਕਰ ਦਿੱਤੀ ਜੀ। ਮੈਨੂੰ ਇਹ ਲੱਗਦਾ ਵੀ ਇਹਨਾਂ ਨੇ ਰਿਪੇਅਰ ਕੀਤੀ, ਕਿਉਂਕਿ ਇਹਨਾਂ ਕੋਲੇ ਭਰਤੀ ਕਰਨੇ ਪੈਣੇ ਸੀ ਜੀ 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 ਜੀ। ਸੰਧਵਾਂ ਸਾਹਿਬ ਤੁਸੀਂ ਆਪਾਂ ਇਹਨੂੰ ਕੰਟੀਨਿਊ ਕਰਾਂਗੇ, ਬਿਲਕੁਲ ਕੰਟੀਨਿਊ ਕਰਾਂਗੇ ਇਹਨੂੰ। ਸੰਧਵਾਂ ਸਾਹਿਬ ਬਹੁਤ ਇੰਟਰਸਟਿੰਗ ਪੁਆਇੰਟਸ ਦੱਸ ਰਹੇ ਹਾਂ, ਸਵੇਰ ਦੇ ਮੀਡੀਆ ਨਾਲ ਮੱਥਾ ਮਾਰ ਰਹੇ ਹਾਂ, ਕਈ ਕਈ ਚੀਜ਼ਾਂ ਉੱਭਰ ਕੇ ਆਈਆਂ ਜਿਹੜਾ ਤੁਸੀਂ ਉੱਥੇ ਲੋਕਲ ਰਹਿ ਕੇ ਜਿਹੜੀਆਂ ਚਾਨਣਾ ਪਾ ਰਹੇ ਹੋ ਕਿਸੇ ਨੇ ਨਹੀਂ ਪਾਇਆ। ਆਪਾਂ ਰੁਕ ਰਹੇ ਇੱਕ ਛੋਟੀ ਜਿਹੀ ਬ੍ਰੇਕ 'ਤੇ, ਹੁਣੇ ਆਪਾਂ ਵਾਪਸ ਬਣਦੇ ਦਰਸ਼ਕੋ, ਆਪਾਂ ਨੂੰ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ, ਇਸੇ ਤਰ੍ਹਾਂ ਬਣੇ ਰਹੋ ਜਸ ਪੰਜਾਬੀ 'ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫਿਰ ਪ੍ਰੋਗਰਾਮ ਓਪਨ ਪਲੈਟਫਾਰਮ ਦੇ ਵਿੱਚ, ਮੈਂ ਤੁਹਾਡਾ ਗੁਰਲਾਲ ਹਾਜ਼ਰ। ਆਪਣੇ ਨਾਲ ਜੁੜੇ ਹੋਏ ਨੇ ਮਾਨਯੋਗ ਕੁਲਤਾਰ ਸਿੰਘ ਸੰਧਵਾ ਜੀ, MLA ਕੋਟਕਪੁਰਾ ਪੰਜਾਬ। ਬਹੁਤ ਸੋਹਣਾ ਐਲੈਬੋਰੇਸ਼ਨ ਕਰ ਰਹੇ ਨੇ, ਉਹ ਦੱਸ ਰਹੇ ਨੇ ਕਿ ਜਿਹੜੇ ਵੈਂਟੀਲੇਟਰ ਆਏ ਆ ਉਹਨਾਂ ਦਾ ਟ੍ਰਾਇਲ ਵੀ ਨਹੀਂ ਲਿਆ ਗਿਆ, ਔਰ ਹਾਲਾਤ ਜਿੱਦਾਂ ਦੇ ਉਸ ਪੂਰੇ ਕੰਟਰੀ 'ਚ ਬਣੇ ਹੋਏ ਨੇ ਬੜੇ ਚਿੰਤਾਜਨਕ ਨੇ ਜੀ। ਸੰਧਵਾ ਸਾਹਿਬ ਅੱਗੇ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋ, ਜੋ ਟ੍ਰਾਇਲ ਵੀ ਨਹੀਂ ਲਿਆ ਗਿਆ ਤਾਂ ਕੋਈ ਨਾ ਕੋਈ ਤਾਂ ਬੰਦਾ ਰਿਸਪਾਂਸਿਬਲ ਹੋਊਗਾ ਉਸ ਚੀਜ਼ ਲਈ। ਦੇਖੋ ਜੀ, ਮਤਲਬ ਇੱਥੇ ਜਦੋਂ ਰਿਪੋਰਟ ਸਾਰੇ ਮੈਡੀਕਲ ਕਾਲਜ ਵਿੱਚ ਭੇਜ ਗਏ ਹੈ ਜੀ, ਔਰ ਜਿਹੜੀ ਮਤਲਬ ਸਾਨੂੰ ਜਾਣਕਾਰੀ ਮਿਲੀ ਹੈ ਕਿ ਉਹਨਾਂ ਨੇ ਟਰਾਇਲ ਕੀਤਾ, ਲੇਕਿਨ ਮਤਲਬ ਡੈਥ ਹੋ ਗਈ ਕਿਉਂਕਿ ਬੰਦ ਹੋ ਗਈ, ਓ ਦਿਸ ਵਾਸ ਅੰਤ ਹੋ ਤੇ ਫਿਰ ਉਹਨਾਂ ਸਾਰੇ ਖਿਲਾਫ ਕਈਆਂ ਦੇ ਅਡੈਪਟਰ ਹੈ ਨਹੀਂ ਜਿਹੜੇ ਉਹ ਮੇਨ ਲਾਈਨ ਤੇ ਲਾਉਣ ਵਾਸਤੇ, ਲੇਕਿਨ ਡਿਊਰਿੰਗ ਪ੍ਰੋਸੈਸ ਕਿਹਾ ਹੋਇਆ ਡਾਕਟਰ ਨੇ ਉਹਨੂੰ ਡਾਕਟਰਾਂ ਦੀ ਅਣਗਹਿਲੀ ਨਹੀਂ ਹੈ, ਇਹ ਤਾਂ ਜਿਹੜਾ ਮੈਨੂਫੈਕਚਰ ਜਿਹਨੇ ਇੱਥੇ ਭੇਜਿਆ ਉਹਨੇ ਉੱਪਰ ਬਿਲਕੁਲ ਸਹੀ ਆ ਉਹ ਭੇਜਣੀ ਚਾਹੀਦੀ ਜੀ 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 ਜੀ। ਬੜਾ ਮੰਦਭਾਗਾ ਸੰਧਵਾਂ ਸਾਹਿਬ, ਹੁਣ ਪਰਮਾਤਮਾ ਕਰਦੇ ਕਿ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਕਿ ਇੱਦਾਂ ਦਾ ਭਾਣਾ ਕਦੇ ਨਾ ਵਾਪਰੇ ਅਤੇ ਅੱਗੇ ਮਹਾਂਮਾਰੀ ਤੋਂ ਉੱਭਰ ਕੇ ਉੱਪਰ ਆਈਏ। ਆਪਾਂ ਚੱਲਦੇ ਹਾਂ ਸੰਧਵਾਂ ਸਾਹਿਬ ਅੱਗੇ,
ਇਸ ਟਾਈਮ ਆਮ ਆਦਮੀ ਪਾਰਟੀ ਸਨ 2022 ਦੇ ਮੱਦੇ ਨਜ਼ਰ ਆਪਦੇ ਆਪ ਨੂੰ ਕਿੱਥੇ ਖੜਾ ਦੇਖਦੀ ਹੈ ਜੀ ਇਸ ਟਾਈਮ? ਇਸਰਾ ਗੁਲਾਬ ਸਿੰਘ ਜੀ ਨਹੀਂ ਕਰ ਜੀ ਮੇਰੇ ਉੱਪਰ ਦਰਦਾ ਬਣਾਈ ਜੀ ਮੇਰੇ ਮਨ ਦੇ ਵਿੱਚ ਦੋ ਵੀ ਗੱਲ ਕੀ ਹੁੰਦਾ ਇਹ ਹੈ ਵੀ ਕਿ ਬਚਾ ਲਈਏ ਆਪਣੇ ਜੀ ਸਹੀ ਗੱਲ ਜੀ ਜਿੰਨੀ ਆਪਾਂ ਸੇਵਾ ਕਰ ਸਕਦੇ ਔਰ ਜਿਹੜੇ NRI ਜੇ ਅਸੀਂ ਜੇ ਸਾਨੂੰ ਨਾ ਇਹ ਤੁਹਾਡੀ ਮਿਹਨਤ ਕਰ ਤੁਸੀਂ ਬੈਠ ਕੇ ਟੈਲੀਫੋਨ ਕਰਦੇ ਮਨੀ ਤੁਸੀਂ ਪਿੰਡਾਂ ਉਹਦੇ ਕਰਕੇ ਅਸੀਂ ਬੈਠੇ ਹਾਂ ਮੇਰਾ ਫਰਜ਼ ਹੈ ਤੁਹਾਡੀ ਕਰਦਾ ਕਿ ਪਿੰਡਾਂ ਜੀ ਪਿੰਡਾਂ ਵਾਲਿਆਂ ਨੂੰ ਕਹੋ ਜਿਸ ਤਰ੍ਹਾਂ ਸਾਨੂੰ ਵੋਟਾਂ ਪਈਆਂ ਹੁਣ ਉਹਨਾਂ ਨੂੰ ਇਹ ਕਹੋ ਬਚ ਕੇ ਰਹੋ ਬਹੁਤੇ ਬਜ਼ੁਰਗ ਮੈਨੂੰ ਜਦੋਂ ਮਤਲਬ ਮੇਰੀ ਡਿਊਟੀ ਹੈ ਵੈਸੇ ਤਾਂ ਮੈਂ ਲੋਕਾਂ ਨੂੰ ਤੇ ਮੈਂ ਸੱਥਾਂ ਚਲਾ ਬਿਮਾਰੀ ਬਣਾਈ ਜੀ 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 ਉਹਨਾਂ ਨੂੰ ਬੇਨਤੀ ਕਰੋ ਕਹੋ ਸਾਰਿਆਂ ਨੂੰ ਪਿੰਡਾਂ ਦੇ ਸੰਗਰਾਂਦ ਤੇ ਇਕੱਠ ਕਰਨ ਦਾ ਜੇ ਕੋਈ ਆਪਾਂ ਘਰੇ ਬੈਠ ਕੇ ਕਰ ਲਓ ਜੀ ਬਹੁਤ ਫੈਲ ਗਈ ਹੈ ਆਪਾਂ ਨੂੰ ਸਮਾਜ ਨੂੰ ਆਪ ਕਿੰਨੇ ਬਚ ਸਕਦੇ ਆ ਜੀ ਮੈਂ ਹੱਥ ਜੋੜ ਕੇ ਬੇਨਤੀ ਕਰ ਲਈ 2022 ਦੀ ਗੱਲ ਹੈ ਜਦੋਂ ਹੋਣਾ ਜਦੋਂ ਆਏ ਦੋ ਕਿੰਨੇ ਤਾਂ ਗੱਲਾਂ ਕਰਨ ਜੀ 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 ਸੰਧਵਾ ਸਾਹਿਬ ਤੁਹਾਡਾ ਫਿਕਰ ਬੜਾ ਜਾਇਜ਼ ਹੈ ਅਸੀਂ ਇਸ ਮੰਚ ਤੋਂ ਅਸੀਂ ਵਾਰ ਵਾਰ ਤਾਕੀਦ ਕਰਦੇ ਹਾਂ ਸਾਰਿਆਂ ਨੂੰ ਹਾਲਾਂਕਿ ਜੇ ਅਸੀਂ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੀ ਗੱਲ ਕਰੀਏ ਤਾਂ ਕਰੀਬ 60% ਜਿਹੜੀ ਵੈਕਸੀਨ ਲੱਗ ਚੁੱਕੀ ਹੈ ਲੋਕਾਂ ਨੂੰ ਅਤੇ ਫਿਰ ਵੀ ਗੌਰਮੈਂਟ ਦੇ ਜਿਹੜੇ ਅਸੂਲ ਨੇ ਰੈਗੂਲੇਸ਼ਨਸ ਨੇ ਉਹ ਸਾਰਿਆਂ ਨੂੰ ਫਾਲੋ ਕਰਨੀਆਂ ਪੈਂਦੀਆਂ ਨੇ ਉਹੀ ਮੈਂ ਉੱਥੇ ਵੀ ਸਾਡੇ ਭੈਣ ਭਰਾਵਾਂ ਨੂੰ ਕਹਿੰਦਾ ਰਹਿੰਦਾ ਹੈ ਕਿ ਦੇਖੋ ਵਿਆਹ ਜਦੋਂ 2000 ਬੰਦਾ ਇਕੱਠਾ ਹੁੰਦਾ ਸੀਗਾ ਉਦੋਂ ਵੀ ਖਰਚੇ ਹੁੰਦੇ ਸੀ ਅਤੇ ਹੁਣ ਸਾਦੇ ਵਿਆਹ ਹੋ ਰਹੇ 5-7 ਬੰਦਿਆਂ ਨਾਲ ਨਾਲੇ ਤਾਂ ਤੁਸੀਂ ਫਾਈਨੈਂਸ਼ਲੀ ਸੌਖੇ ਅਤੇ ਨਾਲੇ ਉੱਦਾਂ ਸੇਫ ਹੋ ਅਤੇ ਪਲੀਜ਼ ਆਪਦੇ ਆਪ ਨੂੰ ਬਚਾ ਲਓ ਇਨਸਾਨੀਅਤ ਨੂੰ ਬਚਾ ਲਓ ਪੰਜਾਬ ਨੂੰ ਬਚਾ ਲਓ ਅਸੀਂ ਇਸ ਮੰਚ ਤੋਂ ਤਾਕੀਦ ਕਰਦੇ ਰਹਿੰਦੇ ਹਾਂ ਮੇਰਾ ਕੁਐਸਚਨ ਤੁਹਾਡੇ ਤੋਂ ਬਾਬਤ ਇਹ ਸੀਗਾ ਕਿ ਜਿੰਨੀ NRI ਬੈਲਟ ਬੈਠੀ ਹੈ ਸੰਧਵਾ ਸਾਹਿਬ ਉਹ ਬੜੇ ਫਿਕਰਮੰਦ ਨੇ ਕਿਉਂਕਿ 2017 'ਚ ਜੋ ਹੋਇਆ ਤੁਸੀਂ 15-16 ਜਾਣੇ ਹੋ ਜੀ ਜਿਹੜਾ ਸੀਰੀਅਸ ਨੋਟ 'ਤੇ ਕੰਮ ਕਰ ਰਹੇ ਹੋ ਸਰਦਾਰ ਕੁਲਤਾਰ ਸਿੰਘ ਸੰਧਵਾ ਲੈ ਲਓ ਬੀਬੀ ਬਲਜਿੰਦਰ ਕੌਰ ਜੀ ਭੈਣ ਜੀ ਲੈ ਲਓ ਉਸ ਤੋਂ ਬਾਅਦ ਅਮਨ ਅਰੋੜਾ ਲੈ ਲਓ ਟੋਟਲ 15-16 ਜਾਣੇ ਹੀ ਹੋ ਪਰ 117 ਹਲਕਿਆਂ ਦੇ ਉੱਤੇ ਇਲੈਕਸ਼ਨ ਲੜਨੀ ਜਿਹੜਾ ਫਿਕਰ ਹੈ ਜਿਹੜੇ ਖਦਸ਼ੇ ਨੇ ਸੰਧਵਾ ਸਾਹਿਬ ਉਹ ਇਹ ਹਨ ਕਿ ਐਟ ਦਾ ਲਾਸਟ ਮਿੰਟ ਜਾ ਕੇ ਤੁਸੀਂ ਫਿਰ ਜੋ ਤੁਹਾਡੀ ਪਾਰਟੀ ਹਾਈਕਮਾਂਡ ਜਾਂ ਤੁਹਾਡੇ ਸਟੇਟ ਪ੍ਰੈਜੀਡੈਂਟ ਜੋ ਵੀ ਕਰਦੇ ਕਿ ਕੋਈ ਵੀ ਬੰਦਾ ਬਿਨਾਂ ਸੋਚੇ ਸਮਝੇ ਖੜਾ ਕਰਤਾ ਅਤੇ ਉਹ ਸੀਟ ਨਹੀਂ ਕੱਢ ਸਕਿਆ ਅਤੇ ਜਿਹੜੀਆਂ ਐਕਸਪੈਕਟੇਸ਼ਨਸ ਨੇ ਕਿ ਤੁਸੀਂ ਗੌਰਮੈਂਟ ਫੋਰਮ ਕਰੋ ਕਿਤੇ ਉਹ ਹੀ ਦੁਬਾਰਾ ਰਿਪੀਟ ਨਾ ਹੋ ਜਾਵੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਜੀ ਜੇ ਆਪਾਂ 2017 ਦੇ ਵਿੱਚ ਜੀ ਤੇ ਇੱਥੇ ਆਪਾਂ ਵਧੀਆ ਕੀਤਾ ਔਰ ਆਪਾਂ ਗੱਲ ਕਰੀਏ ਜਾਂ ਗੱਲ ਕਰੀਏ ਬਿਲਕੁਲ ਆਮ ਆਦਮੀ ਪਾਰਟੀ ਜੀ ਠੀਕ ਹੈ ਔਰ ਮੈਂ ਕਹਿੰਦਾ ਮੈਂ ਅਕਾਲਪੁਰ ਬਿਲਕੁਲ ਜੇ ਅਣਜਾਣ ਬੰਦੇ ਨੂੰ ਪਤਾ ਹੈ ਜ਼ਿਆਦਾ ਆਪਦੀਆਂ ਲੱਤਾਂ ਸਰਕਾਰ ਅਣਜਾਣ ਪੰਜਾਬ ਨੂੰ ਤਬਾਹੀ ਵੱਲ ਉਹ ਸਾਨੂੰ 5 ਸਾਲ ਦੀ ਗੁਰੂ ਮਿਹਰ ਕਰੇਗਾ ਆਪਦੇ ਲੋਕ ਹੁਣ ਸੱਥਾਂ 'ਚ ਕਹਿਣ ਲੱਗ ਪਏ ਨਕਲੀ ਸ਼ਰਾਬ ਬਣ ਮੈਨੂੰ ਤੁਰੇ ਜਾਂਦੇ ਬਹਿਣ ਕਹਿੰਦੇ ਭਾਈ ਪਿਛਲੀ ਵਾਰੀ ਭਾਈ ਜੀ ਐਸ ਘਰ ਵਾਲਿਆਂ ਨੂੰ ਪਾਉਣ ਕਿਉਂ ਤਕੜੇ ਰਹੋ ਸੱਥਾਂ ਦੇ ਵਿੱਚ ਲੋਕ ਕਹਿਣ ਲੱਗ ਕੈਪਟਨ ਵੀ ਵੇਖ ਲੈਣੀ ਅਸੀਂ ਗੁਰੂ ਮਿਹਰ ਕਰੂ
और ਤੁਸੀਂ ਦੇਖੋਗੇ ਸਰਕਾਰ ਆਪ ਇਹਨਾਂ ਨੇ ਨਾਰੇ ਲਾਏ ਨਕੋਦਰ ਕਾਂਡ ਦਾ ਭਾਵੇਂ ਕੋਟ ਜੀ ਕਾਂਡ ਹੋਇਆ ਇਹਨਾਂ ਨੇ ਸਾਰਿਆਂ ਨੇ ਸਾਡੇ ਕੋਲ ਲੈਣੇ ਆ ਕਿ ਮੈਂ ਗੁਰੂ ਫੇਰ ਕਰੂੰਗਾ ਜੀ 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 ਤੁਹਾਡੀ ਪੋਜ਼ਿਟਿਵਿਟੀ ਨੂੰ ਸਲੂਟ ਹੈ ਸੰਤਮਾ ਸਾਹਿਬ ਪਰ ਖਦਸ਼ੇ ਨੇ ਸਰ ਕਿ ਚਲੋ ਆਪਾਂ ਕੈਂਡੀਡੇਟਸ ਦੀ ਵੀ ਗੱਲ ਕਰ ਲਈ ਹੁਣ ਮੈਨੂੰ ਇੱਕ ਦੱਸੋ ਕਿ ਤੁਹਾਡੀ ਜਿਹੜੀ ਸਟੇਟ ਕਮੇਟੀ ਆ ਆਮ ਆਦਮੀ ਪਾਰਟੀ ਦੀ ਕਿ ਉਹ ਪੂਰੀ ਤਰ੍ਹਾਂ ਆਜ਼ਾਦ ਹੈ ਕਿ ਹਾਲੇ ਵੀ ਜਿਹੜੀ ਦਿੱਲੀ ਬੈਠੀ ਹਾਈ ਕਮਾਂਡ ਆ ਉਹ ਕੰਟਰੋਲ ਕਰ ਰਹੀ ਹੈ ਕਿਉਂਕਿ ਲੋਕਲ ਪਰਿਸਥਿਤੀਆਂ ਜਿਹੜੀਆਂ ਹਰੇਕ ਸਟੇਟ ਦੀਆਂ ਅੱਡ ਹੁੰਦੀਆਂ ਹੈ ਦਿੱਲੀ ਵਾਲੀ ਹਾਈ ਕਮਾਂਡ ਨੂੰ ਨਹੀਂ ਪਤਾ ਹੁੰਦਾ ਸ਼ਾਇਦ ਕਿਤੇ ਨਾ ਕਿਤੇ ਉਹ ਫੇਲੀਅਰ 2017 'ਚ ਰਿਹਾ ਆ ਕਿ ਇਸ ਟਾਈਮ ਤੁਸੀਂ ਇੰਡੀਪੈਂਡੈਂਟ ਹੋ ਕਿ ਸਟੇਟ ਦੇ ਵਿੱਚ ਕੀ ਕਰਨਾ ਕੀ ਨਹੀਂ ਇਸ ਚੀਜ਼ ਲਈ ਤੁਹਾਡੇ ਕੋਲ ਅਪਰੂਵਲ ਹੈਗੀ ਹੈ ਜੀ ਦਿੱਲੀ ਤੋਂ ਕਿ ਨਹੀਂ ਅਸੀਂ ਬਿਲਕੁਲ ਹਾਂ ਲੇਕਿਨ ਪ੍ਰੋਗਰਾਮ ਬੰਦੋ ਰਾਜ ਮਿਲ ਕੇ ਉਹਨੂੰ ਬਣਾਉਂ ਫਾਈਨਲ ਅਪਰੂਵਲ ਅਰਨਿੰਗ ਕੀ ਜੀ 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 ਦਾਣਾ ਨੇ ਆਰਗੇਨਾਈਜ਼ ਕੀ ਜੀ 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 ਜੇ ਫਰਾਨਾ ਤੁਹਾਡਾ ਜਿਹੜਾ ਲੀਡਰ ਹੈ ਬਹੁਤ ਜ਼ਰੂਰੀ ਹੁੰਦਾ ਕਿੱਥੇ ਵੀ ਲੜਾਈ ਜੀ ਚਲਾ ਸਕਦਾ ਸੋ ਜਿਹੜੀ ਫਾਈਨਲ ਵੈਸੇ ਜੋ ਵੀ ਕਰਨਾ ਉਹ ਇੰਡੀਪੈਂਡੈਂਟ ਪ੍ਰੋਜੈਕਟ ਜੀ 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 ਸੰਤਮਾ ਸਾਹਿਬ ਆਪਾਂ ਬ੍ਰੇਕ ਲੈਣ ਤੋਂ ਪਹਿਲਾਂ ਦੋ ਕੁਐਸਚਨ ਆਇਆ ਹਾਂ ਤੁਹਾਡੇ 2022 ਦਾ ਕਰਕੇ ਉਸ ਤੋਂ ਬਾਅਦ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਇੱਕ ਥੋੜ੍ਹਾ ਜਿਹਾ ਤੁਹਾਨੂੰ ਵੀ ਸ਼ਾਇਦ ਨੋਟ ਕੀਤਾ ਹੋਣਾ 2017 ਦੇ ਵਿੱਚ ਕਿ ਤੁਸੀਂ ਤੁਹਾਡੀ ਪਾਰਟੀ ਸੀਐਮ ਦਾ ਚਿਹਰਾ ਜਿਹੜਾ ਆ ਉਹ ਅਨਾਊਂਸ ਨਹੀਂ ਕਰ ਸਕੀ ਜਿਹੜਾ ਕਿ ਤੁਹਾਡੀ ਪਾਰਟੀ ਲਈ ਹਾਨੀਕਾਰਕ ਸਿੱਧ ਹੋਇਆ ਕਿਤੇ ਨਾ ਕਿਤੇ ਕੀ ਉਹ ਜਿਹੜੀ ਗਲਤੀ ਆ ਹੁਣ ਤੁਸੀਂ ਸ਼ਾਇਦ ਨਾ ਰਿਪੀਟ ਕਰੋ ਅਤੇ ਤੁਹਾਡੇ ਦਿਮਾਗ 'ਚ ਜੇ ਸੀਐਮ ਦਾ ਚਿਹਰਾ ਤੁਸੀਂ ਕਿਹਨੂੰ ਅੱਗੇ ਲੈ ਕੇ ਚੱਲ ਰਹੇ ਹੋ ਇਸ ਟਾਈਮ ਦੇਖੋ ਜੀ 15 ਅਗਸਤ ਤੱਕ ਜਾਊਗਾ ਔਰ ਇਹ ਪੋਲੀਟੀਕਲ ਅਫੇਅਰਸ ਕਮੇਟੀ ਉਹਨਾਂ ਦੇ ਦੁਆਰਾ ਹੀ ਹੋਏ ਜੀ 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 ਸੰਤਮਾ ਸਾਹਿਬ ਇਸ ਮੰਚ ਤੋਂ ਮੈਂ ਤੁਹਾਡੇ ਨਾਲ ਇੱਕ ਗੱਲ ਪੁੱਛਣੀ ਚਾਹੁੰਦਾ ਪਰਮਾਤਮਾ ਕਰੇ ਤੁਸੀਂ ਕਾਮਯਾਬ ਹੋ ਤੁਸੀਂ ਗੌਰਮੈਂਟ ਫੋਰਮ ਕਰੋ ਵੱਡੇ ਵੱਡੇ ਕਾਰੇ ਹੋਏ ਪੰਜਾਬ ਦੇ ਵਿੱਚ ਪਰ ਜਿੱਥੇ ਸ਼ਬਦ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਸਰ ਦੁੱਖ ਹੁੰਦਾ ਆ ਗੱਲਾਂ ਤੋਂ ਉਹ ਆਰੋਪੀ ਉਹ ਨਹੀਂ ਹਜੇ ਤੱਕ ਸਲਾਖਾਂ ਦੇ ਪਿੱਛੇ ਗਏ ਤੁਸੀਂ ਇਹ ਪ੍ਰਣ ਕਰਕੇ ਚੱਲ ਰਹੇ ਹੋ ਕਿ ਜੇ ਤੁਹਾਡੀ ਪਾਰਟੀ ਜਿਹੜੀ ਗੌਰਮੈਂਟ ਫੋਰਮ ਕਰੂਗੀ ਤਾਂ ਤੁਸੀਂ ਉਹ ਆਰੋਪੀਆਂ ਨੂੰ ਸਜ਼ਾ ਦਿਓਗੇ ਦੇਖੋ ਜੀ ਮੈਂ ਤਾਂ ਅਰਦਾਸ ਕਰਾਂ ਜੀ ਸੱਚਾ ਪਾਤਸ਼ਾਹ ਮਿਹਰ ਕਰ ਸਾਡੇ ਹੈ ਜੀ ਸਿੱਖਾਂ ਦੇ ਰਾਜ ਦੇ ਵਿੱਚ ਸਟੇਟ ਦੇ ਵਿੱਚ ਬੇਅਦਬੀ ਹੋਈ ਜੀ ਮਾੜੀ ਸੋਚ ਵਾਲੇ ਲੋਕਾਂ ਨੇ ਇਲਜ਼ਾਮ ਕਿ ਅਸੀਂ ਲਾਉਣਾ ਹੈ ਸੱਚਾ ਮਿਹਰ ਕਰੂਗਾ ਜੀ ਇਹ ਅਸੀਂ ਸਾਡੇ ਤੇ ਵੀ ਅਸੀਂ ਕਰ ਦਈਏ ਜੀ 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 ਸੰਤਮਾ ਸਾਹਿਬ ਆਪਾਂ ਰੁਕਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਲਈ ਇਸੇ ਤਰ੍ਹਾਂ ਤੁਸੀਂ ਬਣੇ ਰਹੋ ਦਰਸ਼ਕੋ ਇਹ ਨੇ ਸਰਦਾਰ ਕੁਲਤਾਰ ਸਿੰਘ ਸੰਧਮਾ ਸਾਡੇ ਨਾਲ ਜੁੜੇ ਹੋਏ ਨੇ ਕੋਟਕਪੁਰਾ ਤੋਂ MLA ਨੇ ਅਤੇ ਆਪਾਂ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਇਸੇ ਤਰ੍ਹਾਂ ਬਣੇ ਰਹੋ ਜਸ ਪੰਜਾਬੀ 'ਤੇ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫਿਰ ਪ੍ਰੋਗਰਾਮ ਓਪਨ ਪਲੈਟਫਾਰਮ ਦੇ ਵਿੱਚ ਮੈਂ ਤੁਹਾਡਾ ਗੁਰਲਾਲ ਹਾਜ਼ਰ ਆਪਣੇ ਨਾਲ ਜੁੜੇ ਹੋਏ ਨੇ ਮਾਣਯੋਗ ਸਰਦਾਰ ਕੁਲਤਾਰ ਸਿੰਘ ਸੰਧਮਾ ਸਿਟਿੰਗ MLA ਕੋਟਕਪੁਰਾ ਪੰਜਾਬ ਸੰਧਮਾ ਸਾਹਿਬ ਆਪਾਂ ਗੱਲ ਕਰ ਰਹੇ ਸੀਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੱਲ੍ਹ IG ਕੁੰਵਰ ਪ੍ਰਤਾਪ ਸਿੰਘ ਜੀ ਨਾਲ ਵੀ ਸਾਡੀ ਗੱਲ ਹੋਈ ਸਰ ਮੈਂ ਇੱਕ ਲਾਸਟ ਕੁਐਸਚਨ ਪੁੱਛੂੰਗਾ ਉਦੋਂ ਬਾਅਦ ਆਪਣੇ ਕੋਲ ਕੁਐਸਚਨ ਬਹੁਤ ਨੇ ਆਪਣੇ ਨਾਲ ਕਾਲਰ ਵੀ ਜੁੜੇ ਹੋਏ ਨੇ ਇੱਕ ਦੋ ਦੇਖੋ ਕਿਸੇ ਦੀ ਆਨੈਸਟੀ ਅਤੇ ਇੰਟੈਗਰਿਟੀ 'ਤੇ ਕੁਐਸਚਨ ਨਹੀਂ ਹੈ ਕਿਸੇ ਵਿਅਕਤੀ ਵਿਸ਼ੇਸ਼ ਪਾਰਟੀ 'ਤੇ ਕੋਈ ਇਲਜ਼ਾਮ ਨਹੀਂ ਹੈ ਜਿੰਨੇ ਚਿਰ ਮਾਨਯੋਗ ਕੋਰਟ ਨਹੀਂ ਕਹਿ ਦਿੰਦਾ ਪਰ ਮੈਨੂੰ ਇਹ ਦੱਸੋ ਕਿ ਗੌਰਮੈਂਟਾਂ ਵੀ ਬਦਲ ਗਈਆਂ ਹੁਣ ਦੂਸਰੀ ਫਿਰ ਇੱਕ ਸਾਲ ਤੱਕ ਦੁਬਾਰਾ ਫਿਰ ਗੌਰਮੈਂਟ ਬਦਲਣ ਵਾਲੀ ਹੈ ਜਾਂ ਜੋ ਵੀ ਹੋਊਗਾ ਸਿਟਸ ਬਦਲ ਗਈਆਂ ਕਮਿਸ਼ਨ ਜਸਟਿਸ ਜੋਰਾ ਸਿੰਘ ਦਾ ਆ ਗਿਆ ਰਣਜੀਤ ਸਿੰਘ ਦਾ ਆ ਗਿਆ ਜਦੋਂ ਇੱਦਾਂ ਦੀ ਹੁੰਦੀ ਹੈ ਤੁਹਾਡਾ ਆਪਦਾ ਏਰੀਆ ਬਰਗਾੜੀ ਬਹਿਬਲ ਕਲਾਂ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਜਾਂਦੀ ਪੁਲਿਸ ਦੀ ਗੋਲੀ ਨਾਲ ਸਰ ਜਸਟਿਸ ਕਦੋਂ ਮਿਲੂਗਾ ਇਹਨਾਂ ਚੀਜ਼ਾਂ ਨੂੰ ਦੇਖੋ ਜੀ ਇਹ ਸਰਕਾਰ ਦੀ ਜੀ ਉਨੀ ਦੇਰ ਜਸਟਿਸ ਨਹੀਂ ਮਿਲਣਾ ਕੀ ਆਪਾਂ ਇਹ ਬੰਦੇ ਵੀ ਜਿਹੜਾ ਸੀ ਦਿੱਲੀ ਦੇ ਵਿੱਚ ਜਿਹੜਾ ਨਰਕ ਸੀ ਉਹ ਗਲਤ ਨਹੀਂ ਸੀ ਗਲਤ ਸੀ
लेकिन उसका इंसाफ नहीं मिले। दयाल सिंह वर्गे पत्रकार को किस तरह मतलब दरखास्त करवाना पिया जी, तब किया यदि इट वाज अगेंस्ट एथिक्स ऑफ डेथ राइट, इट वाज अगेंस्ट यस हां, पर गोली क्यों दे हो की करते कितने का साफ करवाना सी वो भले साफ ब्लैक दे सकते कि जेडी सरकार है उस पंजाब दे विच साफ नहीं मिलना सब 86 जिन्ना लोगों ने दोषी उन्हां तो पता नहीं कभी वो डाउट करे दिता टिक जी जी ताकि बच्चों के तार खेडे बच्चों के उन्होंने इन्होंने बिल नहीं सी ना जी जो बिल्कुल जी। संधवा साहब ये मैं क्वेश्चन जो नैक्सट तां पूछ रहा कि यह दोबारा ना वापरे, असी चाहते हाँ जो भी साड़ियाँ शुभकामना हर बंदे नाल आ। पिछली बार तुसी 16-17 जने जित के आए, की कारण आ कि उन्हां विच्चों भी निखड़दे 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 लोग काफ़ी तुहानू छड्ड के चले गए या तुसी उन्हां नू छड्डता कारण कोई भी रहे होणगे, जो हो गया सो हो गया। तुसी मैनू ये दसो कि अग्गे तो जे तुसी जित के आओगे पार्टी दे विच देखो चलदियां रहिंदियां ने जिहड़े नाराजगियां भी चलदियां रहिंदियां, की कारण सी कि मुअज़्ज़ज़ जिहड़े लोग सीगे, चाहे आपां परसनल किसी ते अटैक नहीं करदे, सुखपाल सिंह कैरा, धर्मवीर गांधी, होर जिहड़े लोग आ जिहड़े तुहानूं छड्ड के चले गए, उहदे कारण की सी ते तुसीं की नवां करोगे कि वह जिहड़े दुबारा जित के आए तुसीं इकट्ठे रहोगे? देखो जी तुसीं पावर चाहिए जी उदों ਪਾਰਟੀਆਂ ਨੂੰ ਆਪਦਾ ਖੜਾ ਰੱਖਣਾ ਇਟ ਜਸਟ ਲਾਈਕ ਇੰਪੋਸੀਬਲ ਇੱਕ ਆਮ ਆਦਮੀ ਪਾਰਟੀ ਬਹੁਤ ਹੱਦ ਦੇ ਵਿੱਚ ਕਾਮਯਾਬ। ਦੇਖੋ ਦਿੱਲੀ ਦੇ ਵਿੱਚ ਇੱਕ MLA ਵੀ ਕਿਹਾ ਨਹੀਂ ਜੀ, ਠੀਕ ਕੰਮ ਉਹਨਾਂ ਦਾ ਠੀਕ ਹੈ ਜੀ। ਪੰਜਾਬ ਦੇ ਵਿੱਚ ਕੋਈ ਸਾਡੇ ਕਿੰਨਾ DNA ਪੋਲੀਟੀਕਲ ਸੀਗਾ ਜੀ, ਉਹ ਰਾਜਨੀਤੀ ਖੇਡ ਗਏ ਉਹਨਾਂ ਦੇ ਮਗਰ ਦੀਪ ਆਦਮੀ ਜਿਹਨਾਂ ਨੇ ਦੇਖਿਆ ਹਮ ਕੀ बिलकुल करके दसा सोने की चिड़ी है और सोने की चिड़ी द्वारा आवे और बने जी जी। संधवा साहब एक क्वेश्चन मेरा फिर उ 2022 लैके, जरूरी नहीं होंगे कि कला ही कोई बंदा या कली कोई पार्टी वड्डी हो, जे तुम चेंजेस लिया मंगते हो, क्योंकि एंटी इनकमेंसी फैक्टर रहा रहा है कि कदे श्रोमणी अकाली दल आ रहा है तो कदे कांग्रेस आ रही है, कदे कैप्टन साहब आ रहे, कदे बादल साहब आ रहे। ਹੁਣ ਜੇ ਤੁਸੀਂ ਸਟਰੋਂਗਲੀ ਜਿਹੜਾ ਸਟਰੋਂਗ ਵਿਲ ਪਾਵਰ ਲੈ ਕੇ ਅੱਗੇ ਵੱਧ ਰਹੇ ਹੋ ਸੰਧਵਾ ਸਾਹਿਬ, ਤਾਂ ਤੁਹਾਨੂੰ ਲੱਗਦਾ ਕਿ ਤੁਹਾਡੇ ਲਈ ਬੈਨੀਫਿਸ਼ੀਅਲ ਹੋਏਗਾ ਜਿਹੜੇ ਸੀਨੀਅਰ ਨੇਤਾ ਅੱਡ ਅੱਡ ਪਾਰਟੀਆਂ 'ਚੋਂ ਉਹਨਾਂ ਨੂੰ ਛੱਡ ਕੇ ਆਏ? ਆਪਾਂ ਐਗਜ਼ਾਮਪਲ ਦੇ ਸਕਦੇ ਹਾਂ ਸਰਦਾਰ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਉੱਧਰੋਂ ਵੀਰ ਦਵਿੰਦਰ ਸਿੰਘ, ਸੁਖਪਾਲ ਸਿੰਘ ਖਹਿਰਾ ਜੀ ਰੀਯੂਨਾਈਟ ਕਰਨਾ ਉਹਨੂੰ, ਅਤੇ ਜਿਹੜੇ ਧਰਮਵੀਰ ਗਾਂਧੀ, ਮਤਲਬ ਮੇਰੇ ਕਹਿਣ ਦਾ ਮਤਲਬ ਜਿਹੜਾ ਵਿਚਾਲੜਾ ਬੈਂਸ ਬ੍ਰਦਰ ਵਿਚਾਲੜੇ ਜਿਹੜੇ ਸਟਰੋਂਗ ਬੰਦੇ ਆ ਉਹ ਜਿਹੜੇ ਗਰੁੱਪ ਨੂੰ ਨਾਲ ਲੈ ਕੇ ਇਕੱਠਾ ਚੱਲਿਆ ਜਾਵੇ ਤਾਂ ਜਿਹੜਾ ਐਂਟੀ ਇਨਕਮੈਂਸੀ ਦਾ ਫੈਕਟਰ ਆ ਜਿਹੜੇ ਆਹ ਪਾਰਟੀ ਆ ਗਈ ਉਹ ਆ ਗਈ ਉਹਨਾਂ ਨੂੰ ਮਾਤ ਦਿੱਤੀ ਜਾ ਸਕਦੀ ਹੈ? ਦੇਖੋ ਜੀ ਇਹ ਇਲੈਕਸ਼ਨ ਬਿਲਕੁਲ ਨੇੜੇ ਆ ਜਾਂਦਾ ਉਦੋਂ ਇਸ ਤਰ੍ਹਾਂ ਦੇ ਵਿਚਾਰ ਬਿਲਕੁਲ ਔਰ ਮੈਂ ਇਹ ਚਾਹਤਾ ਪੰਜਾਬ ਹੈ ਜੀ ਝੋਲੀ ਵੀ ਆ ਜਾਓ ਯਾਰ ਆਪ ਦੇਖੀ ਜਾਊਗੀ ਬਾਅਦ ਚ ਪਾਵਰ ਲਗੜੇ ਲਕੜੇ ਜਦੋਂ ਆਉਣਗੇ ਉਦੋਂ ਹਰੇਕ ਨੂੰ ਇਹ ਕਹਿ ਕੇ ਕੋਈ ਇਸ ਤਰ੍ਹਾਂ ਦਾ ਹੰਕਾਰ ਬੜੀ ਨਿਰਮਾਣ
जी। संधवा साहब, आपां जे गल करिए तुहाडे कोटकपुरा एरिए दी या फरीदकोट एरिए दी, काफ़ी इशूज़ ने, काफ़ी इशूज़ ने, ड्रग्स दे भी, समगलिंग दे भी। देखो जिहड़े सीरियस इशूज़ सी करोना महामारी उह तां चल ही रही है, उस तो बाद आपां जिहड़ी उह बदसलूकी साडी किसी भैण नाल हुई उहदी गल कर रही है। जिहड़े ड्रग्स आ बठिंडा तों बीकानेर इक गड्डी जांदी कैंसर एक्सप्रैस, सर स्ट्रोंगली आनैसटली बड़े क्वेश्चन ने उस एरिए दे लोकां दे कि तुस कोई इदां दा कोई चीज़ बदल लैके आओगे, या एज ए एम एल ए तुसी कोटकपुरा दे नेड़े तेड़े कोई वड्डा हॉस्पिटल ताकि लोकां नूं बीकानेर ना जाना पवे, उन्हां उस पासे कोई कदम पट रहे हो या ऑलरेडी तुसी कोई डिसीजन लै चुके हो? देखो जी, असीं तां 15 साल पार्टी हजे बनी नहीं सी जी, इन्हां संस्था बनी हुई है भाई जो सोसाइटी दे प्रधान साहब, ਅਸੀਂ ਲੜਾਈ ਲੜ ਰਹੇ ਹਾਂ ਸਾਥ ਸਾਥ, ਕੋਈ ਪੋਲੀਟੀਕਲ ਸਾਡੀ ਐਂਬੀਸ਼ਨ, ਪਰ ਉਹਦੇ ਵਿੱਚ ਅਸੀਂ ਕੀਤੀ ਵੀ ਜਿਹੜਾ ਟੀਕਾ 1780 ਦਾ ਕਰਦੇ ਹਾਂ 1780 ਕੈਂਸਰ ਦੇ ਪੇਸ਼ੈਂਟ ਦੇ ਇਲਾਜ ਤੇ ਖਰਚਾ 15 ਲੱਖ, ਅਤੇ ਅਸੀਂ ਲੜਾਈ 1.5 ਲੱਖ ਦੇ ਵਿੱਚ ਲੈ ਆਉਂਦਾ ਸੀ, ਔਰ ਐਜੀਟੇਟ ਕਰਕੇ ਉਦੋਂ ਇੱਕ ਹੋਇਆ ਕਿ ਉਹ 1.5 ਲੱਖ ਦਾ ਸਰਕਾਰੀ ਤੌਰ ਤੇ ਉਹ ਸਾਡੀ ਸੰਸਥਾ ਮਾਣ ਬਖਿਆ ਸੀ ਵੀ ਅਸੀਂ ਦਵਾਈਆਂ ਦੇ ਵੇਚ, ਔਰ ਮੈਂ ਗੁਰਦੁਆਰਾ ਸਾਹਿਬ ਕਈ ਵਾਰੀ ਅਣਗਿਣ ਜਾਂਦੀ ਆ ਸਾਡੇ ਸਿਵਲ ਹਸਪਤਾਲ ਰੈਗੂਲਰ ਵਿਜਿਟ ਰੱਖਦੀ ਆ, ਸਮਝਿਆ ਉਹ ਅਸੀਂ ਸਮੇਂ ਸਮੇਂ ਜੀ ਆਉਂਦੇ ਰਹਿੰਦੇ ਹਾਂ। ਉਹ ਇੱਕ ਤੋਂ ਜਦੋਂ MLA ਨਹੀਂ ਸੀ, ਔਰ ਮੈਂ ਮੇਰਾ ਕਿਰਪਾ ਕੀਤੀ ਆ ਉਹ ਪੇਸ਼ ਕਰਕੇ ਦਿੱਤੀਆਂ, ਦੇ ਵਿੱਚ ਬਹੁਤ ਸਾਰੀਆਂ ਮੇਰੇ ਕੋਲ ਤਾਂ ਜੀ ਮਤਲਬ ਠੀਕ ਹੈ ਨਾ ਜੀ, ਤੇ ਉਹ ਨਾਲ ਜਿਨ੍ਹਾਂ ਦੇ ਟਰੱਕ ਸੀ ਉਹਨਾਂ ਨੂੰ ਹਰਾ ਬੰਦਾ, ਤੇ ਇਹ ਸੇਵਾ ਸਾਡਾ ਜਿਹੜਾ ਜੀ ਹੋਏਗਾ ਕਰਪਸ਼ਨ ਖਤਮ ਹੋਵੇ, ਮਤਲਬ ਬਿਲਕੁਲ ਹਰੇਕ ਹੈਲਥ ਕੇਅਰ ਹਰੇਕ ਇਹ ਸਾਡਾ ਸਿਸਟਮ ਇਸ ਤਰ੍ਹਾਂ ਦਾ ਬਣ ਜਾਏਗਾ। ਜੇ ਦਿੱਲੀ 'ਚ ਬਣ ਸਕੂ ਬਿਜਲੀ ਅੱਜ ਜੀ ਗੁਰਲਾਲ ਜੀ ਹੈ 2 ਬੱਲਬ ਹੈ 70,000 ਵੋ ਇਹ ਪਿੰਡ ਦੇ ਵਿੱਚ ਹਾਲਾਤ ਮਹਿੰਗੀ ਬਿਜਲੀ ਜੀ ਕਰਾਂਗੇ ਗੁਰੂ ਜੀ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ। ਆਪਣੇ ਨਾਲ ਜੁੜੇ ਹੋਏ ਨੇ ਮਾਨਯੋਗ ਕੁਲਤਾਰ ਸਿੰਘ ਸੰਧਵਾ ਜੀ। ਦਰਸ਼ਕੋ ਸੰਧਵਾ ਸਾਹਿਬ ਆਪਣੇ ਨਾਲ ਕਾਲਰ ਜੁੜੇ ਹੋਏ, ਆਪਾਂ ਇੱਕ ਕਾਲ ਲੈ ਲਈਏ, ਉਸ ਤੋਂ ਬਾਅਦ ਅੱਗੇ ਵੱਧਦੇ ਹਾਂ। ਸਤਿ ਸ਼੍ਰੀ ਅਕਾਲ ਜੀ ਬਾਜਵਾ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ ਜਸ ਪੰਜਾਬੀ ਤੇ ਜੀ। ਹਾਂ ਜੀ, ਸਤਿ ਸ਼੍ਰੀ ਅਕਾਲ ਜੀ ਗੁਰਲਾਲ ਜੀ, ਸਤਿ ਸ਼੍ਰੀ ਅਕਾਲ ਜੀ, ਔਰ ਸਰਦਾਰ ਕੁਲਤਾਰ ਸਿੰਘ ਸੰਧਵਾ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂ ਜੀ 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 ਬਾਜਵਾ ਸਾਹਿਬ, ਹਾਂ ਮੇਰਾ ਇੱਕ ਤਾਂ ਇਹ ਸਵਾਲ ਹੈ ਜੀ, ਬਈ ਪਿਛਲੇ 10 ਸਾਲਾਂ ਤੋਂ 15 ਤੋਂ ਇਹ ਗੱਲ ਚੱਲੀ ਹੈ ਪਾਰਟੀ ਆਪਣਾ CM ਦੇਵੇ ਜੀ, ਪਾਰਟੀ ਆਪਣਾ CM ਦੇਵੇ, ਜਦੋਂ ਕਿ ਕਾਂਸਟੀਟਿਊਸ਼ਨ ਇਹ ਕਹਿੰਦਾ ਹੈ ਕਿ ਜਿਹੜੀ ਪਾਰਟੀ ਦੀ ਲੈਜਿਸਲੇਚਰ ਦੀ ਗਿਣਤੀ ਜ਼ਿਆਦਾ ਹੋਊਗੀ ਅਤੇ ਉਹ ਆਪਣਾ ਚੀਫ ਮਿਨਿਸਟਰ ਇਲੈਕਸ਼ਨ ਤੋਂ ਬਾਅਦ ਨੋਮੀਨੇਟ ਕਰਕੇ ਅਤੇ ਆਪਣੇ MLA ਦੀ ਗਿਣਤੀ ਆਪਣੇ ਹੱਕ 'ਚ ਦਿਖਾ ਦੇਵੇ। ਸੋ ਮੇਰੇ ਖਿਆਲ 'ਚ ਇਹ ਜਿਹੜਾ ਸਵਾਲ ਹੀ ਪਹਿਲਾਂ ਉੱਠਦਾ ਹੈ ਇਹ ਗਲਤ ਹੈ। ਇੱਕ ਤਾਂ ਸੰਧਵਾ ਸਾਹਿਬ ਇਹਦਾ ਮੈਨੂੰ ਜੇ ਦੱਸ ਦੇਣ, ਔਰ ਜੇ ਇਸੇ ਗੱਲ ਨੂੰ ਅੱਗੇ ਵਧਾਈਏ ਤਾਂ ਪਿਛਲੇ 20 ਸਾਲਾਂ ਦੇ ਚੀਫ ਮਿਨਿਸਟਰ ਪੰਜਾਬ ਨੇ ਦੇਖ ਲਏ ਹੈ, ਅਗਰ ਉਹ ਬਹੁਤ ਚੰਗੇ ਹੈ ਸਟਿਕ ਵਿਦ ਦੈਮ ਜਿਵੇਂ ਹੁਣ ਉਹ ਪਿਛਲੀ ਵਾਰੀ ਚੇਂਜ ਹੋ ਗਿਆ, ਔਰ ਅਗਰ ਉਹਨਾਂ ਨੂੰ ਵੇਖ ਕੇ 4 ਸਾਲ ਇਹ ਪਬਲਿਕ ਸਾਡੀ ਵੋਟਰ ਜਿਹੜਾ ਉਹ ਰੌਲਾ ਪਾਉਂਦਾ ਰਹਿੰਦਾ ਹੈ, ਅਤੇ ਜਦੋਂ ਵੋਟਾਂ ਦੇ ਲਾਗੇ ਆ ਕੇ ਉਹ ਦੁਬਾਰਾ ਉਹਨਾਂ ਦਾ ਇਹ ਸਵਾਲ ਹੀ ਨਹੀਂ ਬਣਦਾ, ਅਗਰ ਉਹਨਾਂ ਨੇ ਬਦਲ ਕਰਨਾ ਹੈ
तो फिर एक बार बदल करके देख लो जी। सो ये एक चीज है, और बाकी मैं तो इन्होंने एक सुझाव देना चाहना कि आम आदमी पार्टी नू पेंडू पद्धर तो अपनी मेंबरशिप कंपेन जी है वो शुरू करनी चाहिए है, बहुत वार फुटिंग से। थैंक यू जी। जी धन्यवाद भाई साहब ता। संधवा साहब पूरा क्वेश्चन समझ आ गया तुहानू जी? मैं बाजवा साहब की गल ना बिल्कुल सहमत है जी, जी। पर जदों सारी पॉलिटिकल इंप्लीमेंटेशन होती है, जदों पार्टी इलेक्शन पढ़ी लिखी होगी थोड़ा हालात जी के पंजाब के 38% 38% इज अ बिग काउंट जी 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 केजरीवाल जी 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 तो वो एक तरह की कोई कोई एक फेस जिहड़ा तुहानू लीड जिहड़ा उहनां नू उस तरह का जरूरी है ये एक जी जी जी। संधवा साहब मतलब लोगों नाल जी। हेलो हाँ जी हाँ जी ओ यार बंद जी 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 कि तुसी साडी मदद करो पिंडा दे स्टेशन तक आ दियो जी जी। संधवा साहब तुसी अपने को टाइम कोई 7 मिनट रह गया, अपने ना कलर होर जुड़ गए ने, उन्हां दा भी क्वेश्चन ला लिए फिर इकट्ठा आंसर करी आयो तुसी जी। सत श्री अकाल जी, ਤੁਸੀਂ ਔਨ 에ਅਰ ਹੋ, ਕੌਣ ਸਾਹਿਬ ਬੋਲ ਰਹੇ ਹੋ? ਮੈਂ ਕੁਲਦੀਪ ਸਿੰਘ ਸਿੱਧੂ ਬੋਲ ਰਿਹਾ ਜੀ, ਰੈਡਿੰਗ ਕੈਲੀਫੋਰਨੀਆ ਤੋਂ। ਜੀ ਜੀ ਸਿੱਧੂ ਸਾਹਿਬ ਸਵਾਗਤ ਤੁਹਾਡਾ ਜੀ। ਸੰਧਵਾ ਸਾਹਿਬ ਜੁੜੇ ਹੋਏ ਨੇ, ਕੋਈ ਕੁਐਸਚਨ ਹੈ ਤਾਂ ਪੁੱਛੋ ਜੀ। ਮੇਰਾ ਇੱਕੋ ਹੀ ਕੁਐਸਚਨ ਆ ਤੁਹਾਨੂੰ ਦੋਨਾਂ ਨੂੰ ਜੀ, ਕੀ ਇੰਡੀਆ ਆਜ਼ਾਦ ਹੈ? ਅੱਛਾ ਜੀ, ਹੋਰ ਕੋਈ ਕੁਐਸਚਨ ਹੈ ਸਿੱਧੂ ਸਾਹਿਬ? ਇੱਕੋ ਹੀ ਕੁਐਸਚਨ ਹੈ ਮੇਰਾ ਜੀ। ਧੰਨਵਾਦ ਸਿੱਧੂ ਸਾਹਿਬ, ਠੀਕ ਹੈ, ਧੰਨਵਾਦ ਸਿੰਘ ਸਾਹਿਬ ਤੁਹਾਡਾ ਕਾਲ ਕਰਨ ਦਾ ਜੀ। ਸੰਧਵਾ ਸਾਹਿਬ ਆਪਣਾ ਜਿਹੜਾ ਆਪਾਂ ਗੱਲ ਕਰ ਰਹੇ ਸੀਗੇ, ਜਿੱਦਾਂ ਬਾਜਵਾ ਸਾਹਿਬ ਨੇ ਕਿਹਾ ਕਿ ਤੁਸੀਂ ਜਿਹੜਾ CM ਹੈ ਉਹ ਤਾਂ ਬਾਅਦ ਚੁਣਿਆ ਜਾਣਾ ਚਾਹੀਦਾ, ਪਰ ਪੇਂਡੂ ਜਿਹੜਾ ਜਿਹੜਾ ਵਿਲੇਜ ਲੈਵਲ 'ਤੇ ਤੁਹਾਡੀ ਕੈਂਪੇਨ ਹੋਣ ਤੋਂ ਸ਼ੁਰੂ ਹੋ ਜਾਣੀ ਚਾਹੀਦੀ ਹੈ, ਕੀ ਕਹਿਣਾ ਚਾਹੋਗੇ ਉਹਦੇ ਵਾਸਤੇ? ਬਿਲਕੁਲ ਜੀ, ਅਸੀਂ ਇਹਦੇ ਵਿੱਚ ਲੱਗੇ ਹੋਏ ਹਾਂ, ਔਰ ਵਿਲੇਜ ਜਿਹੜਾ ਅੱਜ ਕੱਲ੍ਹ ਕਨੈਕਟਡ ਹੋਵੇ, ਲੇਕਿਨ ਅੱਜ ਹੁਣ ਸਮਾਂ ਹੀ ਇਸ ਤਰ੍ਹਾਂ ਦਾ ਜੀ। ਜੀ ਸੰਧਵਾ ਸਾਹਿਬ, ਅਖੀਰ 'ਤੇ ਮੈਂ ਨਾ ਇੱਕ ਦੋ ਕੁਐਸਚਨ ਪੁੱਛਦਾ ਹੁੰਦਾ, ਔਰ ਇਹ ਵਾਤਾਵਰਣ ਨੂੰ ਲੈ ਕੇ ਹੈ। ਇੱਕ ਤਾਂ ਜਿਹੜਾ ਕਿਸਾਨ ਮੋਰਚਾ, ਮੈਂ ਤੁਹਾਨੂੰ ਫਿਰ ਤਕਲੀਫ ਦਊਂਗਾ ਖੁੱਲ੍ਹ ਕੇ ਗੱਲ ਤੁਹਾਡੇ ਨਾਲ, ਅੱਜ ਟਾਈਮ ਇਜਾਜ਼ਤ ਨਹੀਂ ਦੇ ਰਿਹਾ। ਕਿਸਾਨ ਮੋਰਚਾ ਜਿਹੜਾ ਹੈਗਾ ਆ, ਹੁਣ ਇਲੈਕਸ਼ਨਸ ਵੀ ਹੋ ਗਈ, ਸਰਕਾਰ ਵੀ ਵਿਹਲੀ ਹੈ, ਔਰ ਆਪਣੇ ਜਿਹੜੇ ਜ਼ਿਮੀਦਾਰ ਭਰਾ ਆ ਉਹ ਵੀ ਫਸਲ ਚੱਕ ਕੇ ਵਿਹਲੇ, ਤੁਹਾਨੂੰ ਕਿਤੇ ਗੱਲਬਾਤ ਹੁੰਦੀ ਨਜ਼ਰ ਆ ਰਹੀ ਹੈ? ਦੇਖੋ ਜੀ, ਇਹ ਮੈਨੂੰ ਇਹ ਲੱਗਦਾ ਥੋੜ੍ਹੀ ਦੇਰ ਤੱਕ ਸਾਡੇ ਪ੍ਰਧਾਨ ਮੰਤਰੀ ਸਾਹਿਬ ਵਿਹਲੇ ਹੋ ਜਾਣਗੇ, ਉਹਨਾਂ ਨੂੰ ਇਹ ਕਹਿਣਾ ਵੀ ਚਲੋ ਆਪਦਾ ਝੋਲਾ ਚੱਕ ਕਰ ਲਿਆ। ਔਰ ਮੈਂ ਬਹੁਤ ਨੁਕਸਾਨ ਹੋ ਗਿਆ, ਕਿਰਪਾ ਕਰਕੇ ਜਿਹੜੇ 3 ਕਾਲੇ ਗਰੁੱਪ ਬਹੁਤ ਵੱਧ ਰਿਹਾ ਉੱਥੇ ਕਿਸਾਨ ਮੋਰਚੇ ਕਰੋਨਾ ਕਰਕੇ ਜੀ, ਜਾਂ ਪਿੰਡਾਂ 'ਚ ਜ਼ਿੰਮੇਵਾਰੀ ਸਿਰਫ ਤੇ ਸਿਰਫ ਹੋਏਗੀ ਪੂਰੀ ਜਿੱਦ ਕਰਕੇ ਹੋ ਜੀ, ਕਾਲੇ ਕਾਨੂੰਨ ਵਾਪਸ ਲੈ ਲੈਣੇ, ਜਲਦੀ ਤੋਂ ਜਲਦੀ ਵਾਪਸ ਲੈ ਲੈਣੇ ਚਾਹੀਦੇ ਜੀ। ਜੀ ਜੀ ਸੰਧਵਾ ਸਾਹਿਬ, ਜੀ ਸੰਧਵਾ ਸਾਹਿਬ, ਤੁਸੀਂ ਤੇ ਤੁਹਾਡਾ ਜਿਹੜਾ ਹਾਂਜੀ, ਤੁਸੀਂ ਤੇ ਤੁਹਾਡੇ ਜਿਹੜੇ ਲੀਡਰ ਨੇ ਪ੍ਰਧਾਨ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ, ਵਧਾਈ ਦੇ ਪਾਤਰੋਂ ਕਿ ਪਹਿਲੇ ਦਿਨ ਤੋਂ ਪਾਰਲੀਮੈਂਟ 'ਚ ਇਸ ਚੀਜ਼ ਦੇ ਖਿਲਾਫ ਲੜ ਰਹੇ ਹੋ। ਇਹਦੇ ਬਾਬਤ ਕੁਐਸਚਨ ਬਹੁਤ ਸੀ ਸੰਧਵਾ ਸਾਹਿਬ, ਪਰ ਇਜਾਜ਼ਤ ਨਹੀਂ ਦੇ ਰਿਹਾ ਵਕਤ। ਲਾਸਟ ਕੁਐਸਚਨ ਮੇਰਾ ਤੁਹਾਡੇ ਤੋਂ ਇਹ ਹੈ ਕਿ
मैं हर हर बुद्धिजीवी नूं इह पुछदा कि खास करके जिहड़ी बैल्ट है दुआबा लै लो मालवा लै लो माझा लै लो पानी का पद्धर बहुत नीवा जा रहा है ग्लोबल वार्मिंग भी वध रही है लोग रुख कट रहे हैं कि तुसीं आपदी जुरिसडिक्शन कोटकपुरा दे आले दुआले किन्ने क रुख लगवा रहे हो तो पानी का पद्धर उच्चा लियाउण लई तुसीं की कर रहे हो तो दूसरा मान लो अपने कोल पानी की अवेलेबिलिटी घट जाती आने 20-25 साल तक तो क्रॉप डिवर्सीफिकेशन की एजुकेशन तुसीं दे रहे हो आपदे नाल दे पिंडां दे विच। देखो जी साढ़े दो बड़े स्याने हैं दाला पैदा कर देंगे ठीक हो जाएगा लेकिन बिल नहीं है हो गए असि तो विधानसभा एमएलए नहीं उदो भी जी जो नाले का प्रदूषण है वो बहुत करते रहे ऑल पार्टी मीटिंग रौला पाने के पॉइंट चकन लेकिन और पानी बचा सकते हैं जहरीला पानी आ रहा है जी सतलुज दा सारा लाइफ भी खत्म कर दे जी 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 धक्का है मरदा ना धक्का है तो आपा ओदे लिए असि पानी के एनवायरनमेंट लिए शुरू जी असि करते रहते आप भी लाउंदे जी 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 संधवा साहब तुसी तुहाडा एरिया काफी डेवलप भी है महरूम राष्ट्रपति जी ज्ञानी जैल सिंह के पिंड तो ने तुसी हो सकता तुसी उन्होंने परिवार चो हो जड़ा मैं नहीं पता होगा तुसी इलैबरेट कर सकते हो तो तुसी अज बहुत सोहना क्लैरिफिकेशन दी हर मुद्दे ते पर अपने को क्वेश्चन चार पाँच तक किसान मुद्दों पर ते दूजे किसान मसले पर ते दूसरे करोना महामारी पर आप 2022 ते ज़्यादा फोकस किया चलो वक्त की तजाकत सी लोगों के क्वेश्चन सी तुसी आंसर किते ते बाबा फरीद ला कॉलेज ते वो सारी संस्था वधाई दी पात्र है क्योंकि बहुत ही वधिया काम कर रही है ते तुसी अज टाइम कढ़िया अखीर दे विच तुसी NRI भरावां नूं कुछ संदेश देना चाहते हो अपने को 2 मिनट 1.5 मिनट का टाइम हैगा जी। मैं अपने ਜਿਹੜਾ ਪਹਿਲੀ ਗੱਲ ਤਾਂ ਵੀ ਤੁਹਾਡਾ ਉਹ ਸੱਤ ਜਨਮ ਤੁਹਾਡਾ ਧੰਨਵਾਦ ਹੈ ਕਿ ਜਿਹੜਾ ਤੁਸੀਂ ਬਾਰੇ ਜੇ ਸੰਦੇਸ਼ ਨੂੰ ਮਾਣ ਵਰਤੋ ਤੁਸੀਂ ਵਿਧਾਨ ਸਭਾ ਭੇਜਿਆ ਲਿਆ ਕੇ ਬਿਠਾਇਆ ਉਹ ਧੰਨਵਾਦੀ ਆ ਅਗਲੀ ਫੇਰੀ ਆਪਣੇ ਬਜ਼ੁਰਗਾਂ ਨੂੰ ਭੈਣ ਉਹ ਵੀ ਬਚ ਜੋ ਹੁਣ ਅੱਗ ਵੱਧ ਰਹੀ ਹੈ ਕਰੋਨਾ ਦੀ ਮਦਦ ਕਰੋ ਸਰਕਾਰਾਂ ਦੀ ਕੀ ਗੱਲ पैसे रख के नहीं करना जी जी पता नहीं भजना जरनैल चले चला गया जी जी गुस्से और सबका MLA बेनती करना अपने NRI भरा बचा रख जी 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 संधवा साहब असी धनवादी हैं अदारा जस पंजाबी मैं गुरलाल ओपन प्लेटफॉर्म प्रोग्राम तुसी टाइम कढ़िया असी अरदास करदे तुसी ते तुहाडा परिवार सदा चढ़दी कला च रखे तुहानू परमात्मा चढ़दी कला विच रखे ते अगेन बहुत बहुत धन्यवाद अपना पूरा ख्याल रखना धन्यवाद जी तुहाडा। दर्शक ये सन सरदार कुलतार सिंह संधवा बहुत सोहना क्लैरिफिकेशन इन्होंने हर मुद्दे पर की अपने को बहुत क्वेश्चन से जोड़े कवर नहीं हुए असं प्रामिस करते इन्हों फिर लैके आवेंगे अज समा इजाजत नहीं दे रहा दर्शको अगले हफ्ते किसी नवे मेहमान नाल या नवे मुद्दों नाल फिर मिलेंगे उदों तक तुसी अपना पूरा ख्याल रखना किसी अवेसलेपण की जरूरत नहीं है क्योंकि जिहड़ी बीमारी नवे रूप से फिर बहर आ रही चाहे तुसी किसी भी कंट्री च बैठे हो
ਅੱਜ ਦਾ ਸਮਾਂ ਇੱਥੋਂ ਤੱਕ ਸੀ। ਮੈਨੂੰ ਗੁਰਲਾਲ ਹੁੰਦੀ ਇਜਾਜ਼ਤ ਮੇਰੇ ਵੱਲੋਂ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਅਤੇ ਸ਼ਬਾ ਖੈਰ।